सत श्री अकाल। तुसीं देख रहे हो सांझा टीवी। मैं हाँ तुहाडे नाल अर्शदीप ते तुहाडा सारिआं दा स्वागत है प्रोग्राम स्ट्रेट टॉक सीधी गल दे विच। तुहानूं पता है कि इस प्रोग्राम दे विच बहुत सारे इशूज़ दे उत्ते गलबात हुंदी है राजनीति नूं लै के कि राजनीति दे विच की कुछ हो रिहा, खास करके साडे भारत दे विच, पंजाब दे विच ते नाल-नाल असीं जिथे रहिंदे हां ते नाल-नाल अमेरिका दे विच। हुण तुहानूं पता है कि करोना वायरस अपना जिहड़ा हैगा वड्डा रूप अपना कहर दिखा रहा हैगा ते उहने साडे जो राष्ट्रपति ने, जो अमेरिका दे राष्ट्रपति ने, उहनूं भी नहीं बख्शिया हैगा आ। सो हल्के च उहनूं लैण दी लोड़ नहीं हैगी। अज इस बारे गलबात होवेगी। नाल नाल यूपी दे विच हाथरस दे विच जो एक बलात्कार दा मामला सामने आया सी, उस दे विच की हो रिहा उहदे बारे गलबात होवेगी। बाबरी मस्जिद दे विच सारे बरी कर दित्ते गए ने, इस बारे भी अज गलबात होवेगी ते नाल नाल किसानां नूं लै के, किसानी संघर्ष नूं लै के की कुछ हो रहा है, राहुल गांधी का जो दौरा है पंजाब दे विच वो किस तरह होगा, कि किस तरह से उन्होंने देखते हैं, ये बारे भी गल होगी। नवजोत सिंह सिद्धू के बारे भी गलबात होगी ते नाल नाल होर इशू है उन्होंने बारे भी गलबात होगी। ये गलबात दे लई अज स्टूडियो दे विच पहुंचे हुए ने सीनियर जर्नलिस्ट मिस्टर हरप्रीत सिंह तालीवाल। आओ उन्होंने स्वागत करते हैं तो उन्होंने नाल गलबात करते हैं। मिस्टर तालीवाल, स्वागत है जी तुहाडा। सत श्री अकाल। शुक्रिया अर्शी, थैंक यू। बिल्कुल जी, किवें चल रहा सब कुछ? बहुत कृपा परमात्मा दी। ਬਾਕੀ ਦੁਨੀਆ ਤਾਂ ਤੁਹਾਨੂੰ ਕਦੇ ਉੱਪਰ ਕਦੇ ਥੱਲੇ ਉਤਰਾ ਚੜਾ ਜ਼ਿੰਦਗੀ ਦਾ ਉਹ ਦੁਨੀਆਦਾਰੀ ਚੱਲਦਾ ਰਹਿੰਦਾ ਜੀ। ਆਪਾਂ ਫਿੱਟ ਆ, ਬਿਲਕੁਲ ਦੈਟਸ ਗੁੱਡ। ਤੇ ਨਾਲ ਨਾਲ ਪਰ ਸਾਡੇ ਰਾਸ਼ਟਰਪਤੀ ਨਹੀਂ ਠੀਕ ਹੈਗੇ। ਤੁਹਾਨੂੰ ਮੈਂ ਦੱਸ ਦਵਾਂ ਉਹਨਾਂ ਦੀ ਸਥਿਤੀ ਥੋੜੀ ਜੀ, ਕਹਿੰਦੇ ਉਹਨਾਂ 'ਚ ਮਾਈਲਡ ਸਿੰਪਟਮਸ ਜਿਹੜੇ ਨੇ ਉਹ ਪਾਏ ਗਏ ਨੇ। ਪਹਿਲਾਂ ਤਾਂ ਉਹਨਾਂ ਨੇ ਖੁਦ ਹੀ ਟਵੀਟ ਕਰਕੇ ਦੱਸਤਾ ਸੀ, ਕਿਉਂਕਿ ਟਵੀਟ ਕਰਨ 'ਚ ਹੁਸ਼ਿਆਰ ਨੇ ਉਹ। ਪਹਿਲੇ ਨੰਬਰ ਤੇ ਉਹਨਾਂ ਦਾ ਟਵੀਟ ਆ ਜਾਂਦਾ ਹੈਗਾ ਤੇ ਪਹਿਲੇ ਨੰਬਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਕਰੋਨਾ ਵਾਇਰਸ ਪੋਜ਼ਿਟਿਵ ਹੈਗਾ ਆ। ਮਤਲਬ ਮੈਨੂੰ ਮੇਰੇ ਜੋ ਉਹਨਾਂ ਦੇ ਨਾਲ ਰਹੇ ਹੈਗੇ ਆ ਕੈਂਪੇਨ ਦੇ ਵਿੱਚ, ਜਦੋਂ ਉਹ ਰੈਲੀਆਂ ਕਰਦੇ ਹੈਗੇ ਹਟਦੇ ਨਹੀਂ ਹੈਗੇ, ਮਾਸਕ ਨੂੰ ਬਹੁਤ ਜ਼ਿਆਦਾ ਕਹਿੰਦੇ ਆ ਕਿ ਮਾਸਕ ਮੈਂ ਨਹੀਂ ਪਾਇਆ ਹੋਇਆ। ਡਿਬੇਟ ਦੇ ਵਿੱਚ ਵੀ ਅਸੀਂ ਸੁਣਿਆ ਹੈਗਾ ਆ, ਕਹਿੰਦੇ ਆ ਕਿ ਮਾਸਕ ਨਹੀਂ ਪਾਉਣਾ ਚਾਹੀਦਾ, ਇਹ ਮਾਸਕ ਦੇ ਪਿੱਛੇ ਲੁਕੇ ਰਹਿੰਦੇ। ਬਾਈਡਨ ਨੂੰ ਕਹਿੰਦੇ ਰਹੇ ਤੇ ਉਹਨਾਂ ਦੀ ਜਦੋਂ ਉਹਨਾਂ ਦੀ ਸਲਾਹਕਾਰ ਸੀਗੀ, ਉਹਨਾਂ ਨੂੰ ਹਿਕਸ, ਹੋਪ ਹਿਕਸ ਉਹਨਾਂ ਦਾ ਨਾਮ ਹੈ, ਉਹ ਜਦੋਂ ਪੋਜ਼ਿਟਿਵ ਪਾਏ ਗਏ ਤਾਂ ਉਹ ਕਹਿੰਦੇ ਮੈਂ ਆਈਸੋਲੇਸ਼ਨ 'ਚ ਜਾ ਰਹੇ ਆ, ਮੈਂ ਤੇ ਫਰਸਟ ਲੇਡੀ। ਤੇ ਫਿਰ ਹੁਣ ਫਰਾਈਡੇ ਨੂੰ ਸਵੇਰ ਨੂੰ ਜਦੋਂ ਕਿਹਾ ਗਿਆ ਕਿ ਇਹਨਾਂ ਦੀ ਰਿਪੋਰਟ ਜਿਹੜੀ ਪੋਜ਼ਿਟਿਵ ਆਈ ਹੈ, ਮਾਈਲਡ ਸਿੰਪਟਮ ਨੇ ਤੇ ਸ਼ਾਇਦ ਉਹ ਹਸਪੀਟਲ ਵੀ ਜਾ ਸਕਦੇ ਆ। ਤੇ ਹੁਣ ਇਹ ਹੈ ਕਿ ਜਿਵੇਂ ਤੁਸੀਂ ਕਹਿੰਦੇ ਹੁੰਦੇ ਆ, ਤੁਹਾਡਾ ਇਹ ਕਹਿਣਾ, ਤੁਹਾਡਾ ਡਾਇਲੋਗ ਹੈ ਕਿ ਹੱਥ ਦੀਆਂ ਦਿੱਤੀਆਂ ਹੁਣ ਮੂੰਹ ਨਾਲ ਖੋਲਣੀਆਂ ਪੈਣਗੀਆਂ, ਕਿਉਂਕਿ ਉਹ ਹੁਣ ਹੈਗੇ ਵੀ 75 ਸਾਲ ਦੇ ਹੈਗੇ ਵੀ ਹਾਈ ਰਿਸਕ ਦੇ ਉੱਤੇ ਹੈ ਤੇ ਹੁਣ ਦੇਖਣਾ ਹੋਊਗਾ ਕਿ ਗਾਂ ਕੀ ਹੁੰਦਾ। ਦੇਖੋ, ਜਦੋਂ ਦੁਨੀਆ ਭਰ ਦੇ ਵਿੱਚ ਇਸ ਕਰੋਪ ਤੋਂ ਸਾਰੀ ਦੁਨੀਆ ਡਰੀ ਸੀ, ਸਭ ਤੋਂ ਵੱਧ ਕੇਸ ਅਮਰੀਕਾ ਦੇ ਵਿੱਚ ਅਰਸ਼ੀ ਹੋ ਰਹੇ ਸੀ, ਤਾਂ ਉਸ ਵੇਲੇ ਡੋਨਲਡ ਟਰੰਪ ਸਾਹਿਬ ਜਿੱਥੇ ਦੁਨੀਆ ਦਾ ਮਜ਼ਾਕ ਉਡਾਉਂਦੇ ਰਹੇ, ਉੱਥੇ ਇਸ ਗੱਲ ਤੋਂ ਡਿਨਾਇਲ ਰਹੇ ਕਿ ਅਮਰੀਕਾ ਦੇ ਵਿੱਚ ਐਡੀ ਕੋਈ ਸਮੱਸਿਆ ਨਹੀਂ, ਮੈਂ ਤਾਂ ਇਕਨੋਮੀ ਦੁਬਾਰਾ ਖੋਲ ਦੇਣੀ ਹੈ, ਅਸੀਂ ਤਾਂ ਪੁਰਾਣੀ ਤਰੀਕ ਨੂੰ ਖੋਲਣ ਜਾ ਰਹੇ ਹਾਂ, ਅਸੀਂ 21 ਤਰੀਕ ਨੂੰ ਖੋਲ ਲੈਣੀ, ਅਸੀਂ 23 ਤਰੀਕ ਨੂੰ ਖੋਲ ਲੈਣੀ। ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਲਗਾਤਾਰ ਆਉਂਦੇ ਸੀ। ਫਿਰ ਹਾਲਾਤ ਲਹੇ ਕਿ ਹੁਣ ਗਿਣਤੀ 75 ਲੱਖ ਤੋਂ ਵੀ ਉੱਪਰ ਟੱਪ ਗਈ, ਇਕਨੋਮੀ ਪੂਰੀ ਖੋਲ ਨਾ ਹੋਈ। ਫਿਰ ਉਹੀ ਡੋਨਲਡ ਟਰੰਪ ਸਾਹਿਬ ਨੂੰ ਆਪ ਵੀ ਜਦੋਂ ਉਸ ਗੱਲ ਦਾ ਸੇਕ ਲੱਗਿਆ, ਜਦੋਂ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਮੈਂ ਤੇ ਮਲੀਨੀਆ ਦੋਵੇਂ ਪੋਜ਼ਿਟਿਵ ਆ, ਤਾਂ ਚਲੋ ਇੱਕ ਵੱਡਾ ਝਟਕਾ ਇੱਕ ਦੇਸ਼ ਦਾ ਮੁਖੀ ਆ ਜਦੋਂ ਉਹਨਾਂ ਤੇ ਇਸ ਤਰ੍ਹਾਂ ਦਾ ਹੁੰਦਾ। ਬਾਕੀ ਲੋਕਾਂ ਨਾਲ ਤਾਂ ਜੋ ਹੋ ਰਿਹਾ, ਪਰ ਉਹ BVIP ਬੰਦਾ ਹੁੰਦਾ, ਉੱਥੇ ਇਸ ਗੱਲ ਦੀ ਚੁਕੰਨਾ ਹੋ ਜਾਂਦੀ ਹੈ, ਸਾਰੀ ਸਰਕਾਰ ਏਜੰਸੀਆਂ ਚੁਕੰਨੀਆਂ ਹੋ ਜਾਂਦੀਆਂ ਨੇ ਕਿ ਜਿਹੜਾ ਰਾਸ਼ਟਰ ਮੁਖੀ ਉਹਨੂੰ ਕਿਵੇਂ ਬਚਾਉਣਾ ਹੈ। ਪਰ ਡੋਨਲਡ ਟਰੰਪ ਸਾਹਿਬ ਦਾ ਜਿਹੜਾ ਨਜ਼ਰੀਆ ਅਰਸ਼ੀ, ਉਹਨਾਂ ਦਾ ਜਿਸ ਤਰੀਕੇ ਨਾਲ ਉਹ ਮਜ਼ਾਕਬਾਜ਼ੀ ਜਾਂ ਫਿਰ ਅਨਸੀਰੀਅਸ ਨੇਤਾ ਦੇ ਤੌਰ ਤੇ ਉਭਰਿਆ, ਉਹਨਾਂ ਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਚੁਟਕਲੇ ਬਣਨੇ ਸ਼ੁਰੂ ਹੋ ਗਏ। ਕਰੋਨਾ ਉਹਨਾਂ ਨੂੰ ਕੱਲ ਹੋਇਆ, ਅੱਜ ਕਿਸੇ ਨੇ ਮੈਨੂੰ WhatsApp ਤੇ ਉਹਨਾਂ ਬਾਰੇ ਭੇਜਿਆ, ਕਹਿੰਦੇ ਵੀ ਮਲੇਰੀਆ ਨੂੰ ਕਿਸੇ ਨੇ ਬੁਲਾਇਆ ਵੀ ਤੂੰ ਫਲਾਣੀ ਥਾਂ ਤੇ ਮੀਟਿੰਗ ਆ ਉੱਥੇ ਆ ਜਾ, ਕਹਿੰਦੀ ਮੈਂ ਆ ਨਹੀਂ ਸਕਦੀ, ਮੇਰਾ ਘਰ ਵਾਲਾ ਠੀਕ ਨਹੀਂ। ਉਹ ਕਹਿੰਦੇ ਅਸੀਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਉਹ ਠੀਕ ਨਹੀਂ। ਸੋ ਉਸ ਕਰਕੇ ਡੋਨਲਡ ਟਰੰਪ ਸਾਹਿਬ ਦਾ ਇਸ ਵੇਲੇ ਚਲੋ ਪਰਮਾਤਮਾ ਕਰੇ ਉਹਨਾਂ ਦੀ ਸਿਹਤ ਜਲਦੀ ਠੀਕ ਹੋਵੇ, ਕਿਉਂਕਿ ਦੂਜੇ ਪਾਸੇ ਚੋਣਾਂ ਦੇ ਦਿਨ ਨੇ ਔਰ ਜੋ ਬਿਡਨ ਦੇ ਨਾਲ ਉਹਨਾਂ ਦਾ ਲਗਾਤਾਰ ਸਿੰਘ ਫਸ ਰਹੇ ਆ। ਪਿਛਲੇ ਦਿਨਾਂ 'ਚ ਜਿਹੜੀ ਡਿਬੇਟ ਹੋਈ ਉਹ ਵੀ ਬੜੀ ਮਤਲਬ ਅਨਪਾਰਲੀਮੈਂਟਰੀ ਭਾਸ਼ਾ ਜਿਹੜੀ ਉਹਦੇ 'ਚ ਵਰਤੀ ਗਈ, ਔਰ ਈਵਨ ਕਿ ਜਿਹੜੇ ਹੋਸਟ ਸੀ ਉਹਨਾਂ ਨੂੰ ਕਈ ਵਾਰੀ ਉਹ ਡਿਬੇਟ ਰੋਕਣੀ ਪਈ। ਹੁਣ ਦੁਨੀਆ ਭਰ ਦੇ ਵਿੱਚ ਕਰੋਨਾ ਦਾ ਬੁਰਾ ਹਾਲ ਹੈ। ਪਹਿਲਾਂ ਤਾਂ ਇਹ ਵੀ ਸ਼ਰਤਾਂ ਲੱਗਣ ਲੱਗ ਗਈਆਂ ਸੀ, ਕੋਈ ਕਹਿੰਦਾ ਸੀ ਸਾਡੇ ਕੋਲ ਤਾਂ ਕਰੋਨਾ ਦੀ ਦਵਾਈ ਆਈ ਪਈ ਹੈ, ਕੋਈ ਕਹਿੰਦਾ ਸੀ ਸਾਡੇ ਕੋਲ ਧਰੀ ਪਈ ਹੈ, ਕੱਲ ਨੂੰ ਲਿਆਉਣੀ ਹੈ। ਹੁਣ ਹੌਲੀ ਹੌਲੀ ਉਹ ਗੱਲਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਨੇ। ਹੁਣ ਅੱਜ ਮੈਂ ਲੇਟੈਸਟ ਪੜ੍ਹ ਰਿਹਾ ਸੀ ਇਨਫੋਰਮੇਸ਼ਨ ਇਹ ਆ, ਉਹ ਕਹਿੰਦੇ ਵੀ ਜੇ 2021 ਦੇ ਐਂਡ ਤੱਕ ਵੀ ਦਵਾਈ ਆ ਜੇ ਤਾਂ ਵੀ ਸਾਨੂੰ ਸੁੱਖ ਮੰਗਣੀ ਚਾਹੀਦੀ ਆ। ਸੋ ਇਸ ਕਰਕੇ ਸਾਰਿਆਂ ਦੀ ਆਪਣੀ ਕਲੈਕਟਿਵ ਇੱਕ ਰਿਸਪੌਂਸਿਬਿਲਟੀ ਅਰਸ਼ੀ ਬਣ ਜਾਂਦੀ ਆ ਕਿ ਆਪਾਂ ਇਸ ਮਾਮਲੇ ਦੇ ਵਿੱਚ ਆਪਣੇ ਤੌਰ ਤੇ ਰੋਲ ਨਿਭਾਈਏ। ਹਾਲਾਂਕਿ ਸਾਰੀ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਕੱਲਾ ਆਪਣੀ ਆਪਣੀ ਕਮਿਊਨਿਟੀ ਨੂੰ ਨਾ ਕਹੀਏ, ਆਪਣੇ ਲੋਕਾਂ ਨੂੰ ਨਾ ਕਹੀਏ, ਸਾਰੇ ਪਾਸੇ ਲੋਕ ਇਸ ਗੱਲ ਤੋਂ ਹੁਣ ਬੇਪਰਵਾਹ ਜਿਹੇ ਹੁੰਦੇ ਨਜ਼ਰ ਆਉਂਦੇ ਆ। ਇਸੇ ਕਰਕੇ ਪਹਿਲਾਂ ਜਿਹੜੇ 60-70 ਸਾਲ ਵਾਲੇ, ਜਿਵੇਂ ਤੁਸੀਂ ਦੱਸਿਆ ਕਿ ਟਰੰਪ ਸਾਹਿਬ ਹਾਈਪਰਟੈਂਸ਼ਨ ਵੀ ਨੇ ਔਰ ਤਰ੍ਹਾਂ ਤਰ੍ਹਾਂ ਦੀ ਹੋਰ ਵੀ ਕੋਈ ਨਾ ਕੋਈ ਉਹਨਾਂ ਨੂੰ ਪ੍ਰੋਬਲਮਸ ਹੋਣੀਆਂ ਨੇ। ਹੁਣ ਤਾਂ ਬੱਚਿਆਂ ਨੂੰ ਹੋ ਰਿਹਾ ਹੈ, 19-20 ਸਾਲ ਦੇ ਨੂੰ ਹੋ ਰਿਹਾ ਹੈ, 21 ਸਾਲ ਦੇ ਨੂੰ ਹੋ ਰਿਹਾ ਹੈ। ਸੋ ਇਸ ਦੇ ਵਿੱਚ ਔਰ ਮੌਤਾਂ ਵੀ ਹੋ ਰਹੀਆਂ ਨੇ। ਸੋ ਇਹ ਬੜਾ ਇਸ ਬਿਮਾਰੀ ਦੇ ਨਾਲ ਜਿੱਥੇ ਵੱਡੇ ਵੱਡੇ ਚਪੇਟ ਚਾ ਰਹੇ ਨੇ ਉੱਥੇ ਸਾਨੂੰ ਸਮਝਣਾ ਚਾਹੀਦਾ कि इस मामले च आपां किस तरीके नाल बचा रख सकते। बिल्कुल हद्दां सरहद्दां जड़ियां ने वो नहीं देखता है वायरस की किस तरह ये फैल रहा है, हर किसी नूं हो रहा है। जिवें तुसीं दस्सिया हैगा कि बच्चों नूं भी हो रहा है वायरस, ते स्कूलों दे विच बच्चे जा रहे हैं। सानूं हर पासे ध्यान रखण दी लोड़ है, गाइडलाइनस नूं फॉलो करन दी लोड़ हैगी है, यही कर सकते हैं असीं क्योंकि 2021 तक भी जे तुसीं दस्सिया कि इहदे च जिहड़ी एक सियासत नवें तरीके दी शुरू हो गई है तां देखो ਜਿਹੜਾ ਕਰੋਨਾ ਵਾਇਰਸ ਹੈ ਇਹਦਾ ਇਲਾਜ ਕੋਈ ਨਹੀਂ ਆਪਾਂ ਚਰਚਾ ਕਰ ਰਹੇ ਹਾਂ, ਪਰ ਤੁਸੀਂ ਬੜੀਆਂ ਥਾਵਾਂ ਤੇ ਦੇਖਿਆ ਹੋਣਾ ਖਾਸ ਤੌਰ ਤੇ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਇਸ ਦੀ ਬਿਲਕੁਲ ਤਵੱਜੋ ਨਹੀਂ ਦਿੱਤੀ ਜਾ ਰਹੀ ਔਰ ਲੋਕ ਇਕੱਠ ਕਰਕੇ ਆ ਰਹੇ ਨੇ। ਔਰ ਕਈ ਮਾਮਲਿਆਂ 'ਚ ਇਹ ਹੁੰਦਾ ਕਿ ਜਦੋਂ ਇੱਕ ਦੂਜੇ ਨੂੰ ਘੂਰਨਾ ਹੁੰਦਾ ਵੀ ਤੈਂ ਮਾਸਕ ਨਹੀਂ ਪਾਇਆ ਬਈ, ਜਦ ਕਿ ਆਪ ਪਾਇਆ ਨਹੀਂ ਹੁੰਦਾ। इस तरह दी घटनावां लगातार आ रही ने। सो इन्हां सारियां चीज़ां तो भी मैं समझदा कि बिल्कुल लड़ाई झगड़े तो बचना चाहिए। इत्थों तुहानूं मैनूं एक होर गल याद आ गई है, साडे सरी दे विच बस च लड़ाई हुई है मास्क ना पाउण तो, टोरंटो दे विच लड़ाई हुई है यंग बॉयज़ दी, इत्थे भी यंग मुंडे सीगे, एक ने अपना मास्क कड्ढ के फड़ाया ते दूजा कहता कि मैनू क्यों फड़ाया है, उन्हें एक बार मना कर दिता। दूजे ने पूछा कि क्यों नहीं तुसी मास्क पा रहे, तुहानू कोई हैल्थ प्रॉब्लम हैगी है, तो दूजे ने कोई अगों सवाल नहीं पूछा, जवाब नहीं दिता, मूँह भन दिता दूजे का। सो इदां दी चीज़ां तो सानू गुरेज करना चाहिए। जे तुहानू कोई ऑफर कर रहा है नवा मास्क है तो एक्सैप्ट भी करना चाहिए, क्योंकि स्टोरां दे विच जदों जाने बाहर खड़े होंगे जो तुहाडे कोल मास्क नहीं है तो तुसी मास्क लै सकदे आ। सानू उन्हां नाल गुस्सा करन दी बजाय इस गल नू सोचना चाहिए कि उन्हां दीयां गाइडलाइनस ने, रूल्स ने उन्हां दे कि इनसाइड मास्क मैंडेटरी है। ओंटारियो दे विच इनसाइड भी हुण मैंडेटरी कर दित्ते गए ने। हुण करोना तो वापस असीं बाहर नू आईए तां भारत वल चलीए तां भारत दे विच वी करोना दी स्थिति जिहड़ी है ओह माड़ी हैगी है, पर नाल नाल राजनीति बहुत हो रही है भारत दे विच। भारत दी जे हुण बाबरी मस्जिद दी जे गल कर लईए, हुण ओह कहंदे जी आपे ढह गई क्योंकि ढाई नहीं सारे ही बरी कर ਦਿੱਤੇ। 32 ਦੇ 32 ਲੋਕ ਅਡਵਾਨੀ ਦੇ ਸਣੇ ਜਿਹੜੇ ਨੇ ਉਹ ਬਰੀ ਕਰ ਦਿੱਤੇ ਗਏ ਨੇ। ਇਸ ਬਾਰੇ ਕੀ ਕਹਿਣਾ ਪੂਰਾ ਮਾਮਲੇ ਦੇ ਬਾਰੇ? ਇਸ ਬਾਰੇ ਹੁਣ ਕਹਿਣ ਨੂੰ ਰਿਹਾ ਹੀ ਕੱਖ ਨਹੀਂ। ਉਹਦਾ ਕਾਰਨ ਇਹ ਹੈ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਇਸ ਵੇਲੇ ਸੰਵਿਧਾਨਿਕ ਫੈਸਲੇ ਆ ਰਹੇ ਅਰਸ਼ ਜੀ, ਉਹ ਕਾਫੀ ਸਾਰੇ ਹੈਰਾਨਜਨਕ ਔਰ ਕਾਫੀ ਸਾਰੇ ਤੁਹਾਨੂੰ ਵਿਚਲਿਤ ਕਰਨ ਵਾਲੇ ਫੈਸਲੇ ਆ ਰਹੇ ਆ। ਬਿਲਕੁਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਅਸੰਤੋਸ਼ ਦੀ ਭਾਵਨਾ ਹੈ ਪੈਦਾ ਕਰ ਰਹੇ ਆ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜੇਕਰ ਪਰਮਾਤਮਾ ਤੋਂ ਬਾਅਦ ਸਭ ਤੋਂ ਜ਼ਿਆਦਾ ਦੋ ਚੀਜ਼ਾਂ ਤੇ ਵਿਸ਼ਵਾਸ ਕੀਤਾ ਜਾਂਦਾ ਸੀ, ਇੱਕ ਡਾਕਟਰਾਂ ਤੇ ਤੇ ਦੂਸਰਾ ਜੁਡੀਸ਼ਰੀ ਤੇ। ਜੁਡੀਸ਼ਰੀ ਨੂੰ ਅਸੀਂ ਮਾਈਲੋਰਡ ਕਹਿੰਦੇ ਆ ਜਾਂ ਫਿਰ ਮਾਨਯੋਗ ਕਹਿੰਦੇ ਆ, ਪਰ ਮਾਨਯੋਗ ਅਦਾਲਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਫੈਸਲੇ ਆ ਰਹੇ ਆ ਇਹ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਆ। ਹੁਣ ਪਿਛਲੇ ਕੁਝ ਸਮਿਆਂ ਦੇ ਵਿੱਚ ਜੋ ਕੁਝ ਹੋਇਆ ਆਪਾਂ ਨੂੰ ਸਭ ਨੂੰ ਪਤਾ ਹੈ। ਬਿਲਕੁਲ ਰਾਫੇਲ ਦੇ ਮਾਮਲੇ 'ਚ 30,000 ਕਰੋੜ ਦਾ ਜੇ ਤਾਂ ਇਹ ਹੋਵੇ ਨਾ 30 ਰੁਪਏ ਦਾ ਜਾਂ 1300 ਰੁਪਏ ਦਾ ਹੋਵੇ ਫਿਰ ਤਾਂ ਬੰਦਾ ਕਰ ਜੇ ਚੁੱਪ ਜੀ। 30,000 ਕਰੋੜ ਰੁਪਏ ਦਾ ਮਾਮਲਾ ਔਰ ਸਰਕਾਰ ਵੱਲੋਂ ਕੋਰਟ ਦੇ ਵਿੱਚ ਝੂਠ ਬੋਲੇ ਜਾਣਾ, ਉਸ ਤੇ ਕੋਰਟ ਵੱਲੋਂ ਕੋਈ ਵੀ ਕੰਟੈਂਪਟ ਆਫ ਕੋਰਟ ਇਸ ਤਰ੍ਹਾਂ ਦਾ ਫੈਸਲਾ ਨਾ ਲੈਣਾ, ਫਿਰ ਉਸ ਦੇ ਵਿੱਚੋਂ ਸਰਕਾਰ ਨੂੰ ਪੂਰਨ ਰੂਪ ਵਿੱਚ ਬਰੀ ਕਰ ਦੇਣਾ। ਫਿਰ ਰਹਿੰਦੀ ਕਸਰ ਕਿ ਜਦੋਂ ਰਾਮ ਮੰਦਰ ਦਾ ਮਾਮਲਾ ਆਇਆ, ਪਹਿਲਾਂ ਵਾਲਾ ਮਾਮਲਾ ਆਇਆ, ਉਸ ਦੇ ਵਿੱਚ ਵੀ ਇੱਕ ਪਾਸੜ ਮਾਮਲਾ ਫੈਸਲਾ ਦੇ ਕੇ ਦੂਸਰੀ ਧਿਰ ਨੂੰ ਦਰਕਨਾਰ ਕਰ ਦੇਣਾ। ਉਹਦੇ 'ਚ ਫਿਰ ਇਹ ਲੱਗਦਾ ਸੀ ਆਹ ਵਾਲਾ ਕੇਸ ਸੀ ਜਿਹਦੇ 'ਚ ਕੋਰਟ ਨੇ ਉਸ ਵੇਲੇ ਬੜੇ ਤਿੱਖੇ ਰਿਮਾਰਕ ਕੀਤੇ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਬੜਾ ਕੁਛ ਅਨਿਆਈ ਹੋਇਆ, ਇਸ ਤਰੀਕੇ ਨਾਲ ਢਾਇਆ ਗਿਆ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਰਦਾਫਾਸ਼ ਕਰਨਾ ਚਾਹੀਦਾ। ਅਜੇ ਕੁਛ ਮਹੀਨਿਆਂ ਦੀ ਗੱਲ ਆ ਜੀ, ਉਸ ਤੋਂ ਬਾਅਦ 'ਚੋਂ ਇਹ ਵੀ ਫੈਸਲਾ ਹੁਣ ਆ ਗਿਆ। ਇਸ ਫੈਸਲੇ ਦੇ ਵਿੱਚ ਸੀਨੀਅਰ ਲੀਡਰਸ਼ਿਪ ਜੀ ਦੇ ਐਲ ਕੇ ਅਡਵਾਨੀ ਸਾਹਿਬ, ਮੁਰਲੀ ਮਨੋਹਰ ਜੋਸ਼ੀ ਸਾਹਿਬ, ਉਮਾ ਭਾਰਤੀ, ਸਾਧਵੀ ਫਲਾਣੀ, ਫਲਾਣਾ ਧਿਮਕਾ ਜਿੰਨੇ ਵੀ ਸੀਗੇ 32 ਦੇ 32 ਬੰਦਿਆਂ ਨੂੰ ਜਿਸ ਤਰੀਕੇ ਨਾਲ ਬਰੀ ਕੀਤਾ ਗਿਆ ਇਹਨੇ ਬੜੇ ਵੱਡੇ ਸਵਾਲ ਖੜੇ ਕੀਤੇ ਆ। ਦੇਖੋ ਇੱਕ ਚੀਜ਼ ਹੈ, ਇੱਕ ਬਿਲਡਿੰਗ ਹੈ, ਉਹ ਢਹਿ ਗਈ वो सारे चैनलों पर आ गई, सारे अखबारों पर आ गई, सारे मीडिया च आ गई। तरह तरह के बयान उन्होंने इंसाफ भी आ गए। और उस तो बाद चों जेकर माणयोग अदालत ये गल कहती है कि असी टीवियां ते विश्वास नहीं करते, असी वीडियो ते विश्वास नहीं करते, ये तो सुनिया सी कि ऑडियो तो कोर्ट दे विच उन्ना विश्वास नहीं किया जाता, पर वीडियो तो थोड़े सामने बनी हुई है और सारा कुछ होंदा रहा, नारे लगते रहे, जकारे लगते रहे, है ना। सो उन्होंने सारिया चीज़ों जिस तरीके नाल सब नूं बरी किया गया, उस तो बाद चों लोकां दे विच किते ना किते वो गल्लां फिर प्रबल होण लग गईयां ने, जिहड़ियां गल्लां दा डर सी कि भारत दे विच किसी खास सोच के तहत सारियां जिहड़ियां संविधानिक पोस्टां ने जां जिहड़ियां संस्थावां ने उन्हां दे विच इंटरफेरेंस किसी खास शक्ति की हो रही है और उन्हां ते अटैक जिहड़ा कीता जा रहा है। ये बड़ा जरूरी हुंदा लोकतंत्र दे विच इन्हां सारियां चीज़ां दा विश्वास बना के रखना, तां ही लोकतंत्र चलदा हुंदा। सो जदों इस तरह दीयां उंगलां खड़ियां हो जाण, हुण वो जिहड़ी साधवी प्रक्रिया सी उहदी वीडियो सामने पई है चैनलों पर, वो कहती है भी हाँ जी असी गए सी उत्थे, असी मंदिर ढाया ते पर वो सारा कह रहे हैं कि असी ढाया, पर कोर्ट मन नहीं रही भी इन्होंने ढाया। की कारण होया, की ये पिछे ने, और सारिया वीडियो सारिया के सारिया उत्थे सारिया पईयां ने। हुण इस तो बाद चों ये गल तां अर्श जी हुण हो गया कि लोग किते ना किते इस गलों महसूस लागे ने करन कि बाकी दियां भी जिहड़ियां बहुत सारिया संस्थावां ने, चाहे विद्याक अदारे ने, चाहे दूसरिया संस्थावां ने, उन्हां दे विच भी हुण लोकां नूं ना इंसाफ दी जिहड़ी किते ना किते असीं रीझ ला के रखदे सी, जिस तरीके नाल सारिया चीज़ां दा सियासीकरण कीता जा रिहा। कदे सुनिया सी कि भारत की आर्मी ते भी कोई उंगल खड़ी, उन्होंने भी पार्टियां दे नाम ला लिया गया जी। भारत की आर्मी दे सारे धर्मां दे लोक ने, पर उन्होंने एक दे नाल बन लिया गया। ये सारिया चीज़ां किते ना किते साडे लोकतंत्र नूं लगातार स्टैप दर स्टैप ढाल आउंदियां जा रहियां ने। ये कित्थे जाके रुकूगा, ये अजे कहना थोड़ी जी काहल होगी, पर समा नेड़े आउंदा जांदा। ਬਿਲਕੁਲ ਤੇ ਨਾਲ-ਨਾਲ ਤੁਸੀਂ ਇਨਸਾਫ ਦੀ ਗੱਲ ਕੀਤੀ ਹੈ ਕਿ ਅਸੀਂ ਇਨਸਾਫ ਦੀ ਭਾਲ ਕਰਦੇ ਹਾਂ। ਮੈਨੂੰ ਲੱਗਦਾ ਉੱਥੇ ਇਨਸਾਫ ਦਾ ਸਾਨੂੰ ਸੋਚਣਾ ਵੀ ਨਹੀਂ ਚਾਹੀਦਾ ਵੀ ਸਾਨੂੰ ਕਿਤੇ ਮਿਲੂਗਾ, ਕਿਉਂਕਿ ਜੇ 27 28 ਸਾਲ ਬਾਅਦ ਇਸ ਤਰ੍ਹਾਂ ਦਾ ਫੈਸਲਾ ਆਉਣਾ ਹੈ ਫਿਰ ਤਾਂ ਬਿਨਾਂ ਫੈਸਲੇ ਤੋਂ ਹੀ ਠੀਕ ਆ। ਤੇ ਨਾਲ-ਨਾਲ ਹੁਣ ਫੈਸਲੇ ਜਿਵੇਂ ਕੋਰਟ ਦੀ ਅਦਾਲਤਾਂ ਦੇ ਵਿੱਚ ਇੰਨੇ ਚੱਲਦੇ ਰਹਿੰਦੇ, ਇੰਨੀਆਂ ਫਾਈਲਾਂ ਖੁੱਲੀਆਂ ਹੁੰਦੀਆਂ, ਚਾਹੇ ਉਹ ਸੀਬੀਆਈ ਦੇ ਵਿੱਚ ਹੈਗੀਆਂ ਨੇ, ਚਾਹੇ ਉਹ ਆਮ ਪੁਲਿਸ ਦੇ ਵਿੱਚ ਹੈਗੀਆਂ ਨੇ। ਉਹ ਫਾਈਲਾਂ ਤਾਂ ਹੁੰਦੀਆਂ ਨੇ, ਕੇਸ ਤਾਂ ਦਰਜ ਕਰਵਾਏ ਜਾਂਦੇ ਨੇ, ਪਰ ਉਹ ਕੇਸ ਕਦੇ ਉਹਨਾਂ ਦਾ ਰਿਜ਼ਲਟ ਤਾਂ ਆਉਂਦਾ ਹੀ ਨਹੀਂ, ਪਤਾ ਹੀ ਨਹੀਂ ਉਹਦਾ ਕੀ ਰਿਜ਼ਲਟ ਆਉਣਾ ਹੈਗਾ। ਹੁਣ ਅਸੀਂ ਜੇ ਦੂਜੇ ਪਾਸੇ ਜਾਂਦੇ ਹਾਂ, ਹੁਣ ਯੂਪੀ ਦੇ ਵਿੱਚ ਜਿਹੜੀ ਘਟਨਾ ਹੋ ਕੇ ਹਟੀ ਆ ਹਾਥਰਸ ਦੇ ਵਿੱਚ, ਇੰਨੀ ਜ਼ਿਆਦਾ ਭਿਆਨਕ, ਮੈਨੂੰ ਲੱਗਦਾ ਕਿ ਉਹਦੇ ਲਈ ਤਾਂ ਸ਼ਬਦ ਵੀ ਹੈ ਨਹੀਂ ਉਹਨੂੰ ਐਕਸਪਲੇਨ ਕਰਨ ਨੂੰ ਕਿ ਕਿਸ ਤਰ੍ਹਾਂ ਦੀ ਫੀਲ ਆਉਂਦੀ ਹੈ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹਾਂ। ਜਦੋਂ ਅਸੀਂ ਇੰਨੀਆਂ ਛੋਟੀਆਂ ਬੱਚੀਆਂ, ਚਾਹੇ 19 ਸਾਲ ਦੀ ਹੈ, ਚਾਹੇ ਹੁਣ ਇੱਕ ਦੋ ਹੋਰ ਖਬਰਾਂ ਆਈਆਂ ਸੀਗੀਆਂ ਜਿਹਦੇ ਵਿੱਚ 22 ਸਾਲ ਦੀ ਤੇ 14 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਗਿਆ, ਤਾਂ ਉਹ ਦੇਖ ਕੇ ਸ਼ਰਮ ਆਉਂਦੀ ਹੈ ਕਿ ਅਸੀਂ ਕਿਹੋ ਜਿਹੇ ਦੇਸ਼ ਦੇ ਨਾਲ ਬਿਲੋਂਗ ਕਰਦੇ ਹਾਂ। ਸ਼ਰਮ ਆਉਂਦੀ ਹੈ ਕਿ ਕਿਉਂ ਨਹੀਂ ਉੱਥੋਂ ਦੇ ਲੋਕ ਸੁਧਰਦੇ, ਕਿਉਂ ਨਹੀਂ ਉੱਥੋਂ ਦੀ ਰਾਜਨੀਤੀ ਸੁਧਰਦੀ, ਕਿਉਂ ਨਹੀਂ ਉੱਥੇ ਜਸਟਿਸ ਸਿਸਟਮ ਹੈਗਾ, ਇੱਕ ਜਸਟਿਸ ਕਿਉਂ ਨਹੀਂ ਹੈਗਾ, ਨਿਆਂ ਕਿਉਂ ਨਹੀਂ ਮਿਲਦਾ ਹੈਗਾ। ਹੁਣ ਉਸ ਮਸਲੇ ਨੂੰ ਲੈ ਕੇ ਪਹਿਲਾਂ ਤਾਂ ਕੋਈ ਪਤਾ ਹੀ ਨਹੀਂ ਲੱਗਿਆ, ਖਬਰ ਹੀ ਨਹੀਂ ਬਾਹਰ ਆਈ ਕਿ ਇਹ ਖਬਰ ਹੈਗੀ ਹੈ, ਪਰ ਜਿਸ ਦਿਨ ਉਸ ਲੜਕੀ ਦੀ ਮੌਤ ਹੋਈ ਹੈ, ਜਿਸ ਦਿਨ ਉਹਦਾ ਬਿਨਾਂ ਦੱਸੇ ਤੋਂ ਸੰਸਕਾਰ ਕੀਤਾ ਗਿਆ ਹੈ, ਫਿਰ ਉਸ ਤੋਂ ਬਾਅਦ ਜੋ ਇੱਕ ਪੱਤਰਕਾਰ ਨੇ ਉੱਥੇ ਪੁਲਿਸ ਆਫਿਸਰ ਦੇ ਨਾਲ ਲੜਾਈ ਕੀਤੀ ਹੈ, ਇੰਨੇ ਘੰਟੇ ਉਹ ਲੜਾਈ ਲੜਦੀ ਰਹੀ ਹੈ। ਉਸ ਤੋਂ ਬਾਅਦ ਫਿਰ ਸਾਰਾ ਮੀਡੀਆ ਵੀ ਜਾਗ ਪਿਆ, ਫਿਰ ਸਾਰੇ ਲੋਕ ਵੀ ਜਾਗ ਪਏ, ਸਾਰੇ ਲੀਡਰ ਵੀ ਜਾਗ ਪਏ, ਫਿਰ ਪ੍ਰੋਟੈਸਟ ਵੀ ਹੋਣ ਲੱਗ ਪਏ, ਫਿਰ ਲੋਕ ਸੜਕਾਂ ਤੇ ਵੀ ਆ ਗਏ। ਇਹਦੇ ਬਾਰੇ ਕੀ ਕਹੋ? ਜਿਵੇਂ ਮੈਂ ਸਟਾਰਟਿੰਗ ਵਾਲਾ ਤੁਹਾਡਾ ਸਵਾਲ ਸੀ ਕਿ ਜਿਸ ਤਰੀਕੇ ਨਾਲ ਸਾਡੇ ਉੱਤੇ ਧਰਾਤਲ ਦੀ ਸਥਿਤੀ ਸਿਆਸੀ ਔਰ ਸਮਾਜਿਕ ਤੌਰ ਤੇ ਡਿੱਗਦੀ ਜਾ ਰਹੀ ਹੈ, ਇਹ ਬੜਾ ਚਿੰਤਾ ਦਾ ਵਿਸ਼ਾ ਕਦਮ ਦਰ ਕਦਮ ਮੈਂ ਕਹਿ ਸਕਦਾ ਜੀ। ਜਿਹੜੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਅਰਸ਼ ਜੀ, ਜਦੋਂ ਆਪਾਂ ਇਹਨਾਂ ਬਾਰੇ ਸੋਚਦੇ ਵੀ ਨਾ ਤਾਂ ਦਿਲ ਨੂੰ ਕੁਝ ਹੋਣ ਲੱਗ ਜਾਂਦਾ ਇਸ ਤਰੀਕੇ ਨਾਲ ਕਿ ਉਸ ਬੱਚੀ ਦੇ ਨਾਲ ਜਿੱਥੇ ਦੇਸ਼ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਔਰ ਉਸ ਦੀ ਪਾਰਟੀ ਇਹ ਨਾਅਰੇ ਲਾਉਂਦੀ ਹੋਵੇ ਕਿ ਬੇਟੀ ਬਚਾਓ ਔਰ ਬੇਟੀ ਪੜ੍ਹਾਓ, ਔਰ ਦੇਸ਼ ਦਾ ਸਭ ਤੋਂ ਵੱਡਾ ਸੂਬਾ ਜਿਸ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਭਗਵੇਂ ਕੱਪੜੇ ਪਾ ਕੇ, ਭਗਵੇਂ ਉਹ ਪਾਉਂਦਾ ਹੁੰਦਾ ਜਿਹਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਬੜਾ ਫੱਕਰ ਟਾਈਪ ਬੰਦਾ, ਤੇ ਉਹ ਬੰਦਾ ਉਸ ਦੀ ਸਟੇਟ ਦੇ ਵਿੱਚ 2019 ਦੇ ਵਿੱਚ ਡਾਟੇ ਨੇ 3100 ਕੁੜੀ ਦੇ ਨਾਲ ਰੇਪ ਹੋਇਆ, ਜਿਹੜਾ ਰਜਿਸਟਰ ਹੋਇਆ, ਜਿਹੜਾ ਰਜਿਸਟਰ ਨਹੀਂ ਹੋਇਆ ਉਹ ਕੀ ਕੁਛ ਹੋਇਆ ਹੋਣਾ। ਹੁਣ ਉਸ ਸਟੇਟ ਦੇ ਵਿੱਚ ਜਿੱਥੇ ਇਹ ਗੱਲ ਹੁੰਦੀ ਹੈ ਕਿ ਅਪਰਾਧੀ ਨੂੰ ਅਸੀਂ ਸਿਰ ਨਹੀਂ ਚੱਕਣ ਦੇਣਾ और ਜਾਂਦੇ ਜਾਂਦੇ ਗੱਡੀਆਂ ਉਲਟ ਜਾਂਦੀਆਂ ਨੇ, ਬੰਦੇ 10-10 ਰਾਤ ਨੂੰ ਮਾਰ ਦਿੱਤੇ ਜਾਂਦੇ ਆ। ਉਹ ਸਟੇਟ ਦੇ ਵਿੱਚ 3100 ਤੋਂ ਉੱਪਰ ਰੇਪ ਹੋਣੇ, ਔਰ ਉਹਨਾਂ ਰੇਪਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਇਸ ਲੜਕੀ ਜਿਹਨੂੰ ਹੁਣ ਨਿਰਭਿਆ ਕਿਹਾ ਜਾ ਰਿਹਾ ਹੈ, ਤੁਹਾਨੂੰ ਯਾਦ ਹੋਣਾ ਕਿ 16 ਦਸੰਬਰ 2012 ਨੂੰ ਨਿਰਭਿਆ ਦਾ ਦਿੱਲੀ ਦੇ ਵਿੱਚ ਲੜਕੀ ਦਾ ਬੱਸ ਦੇ ਵਿੱਚ ਰੇਪ ਹੋਇਆ ਸੀ। ਉਸ ਦੀ ਵਿਚਾਰੀ ਦੀ ਬੜੀ ਦਰਦਨਾਕ ਮੌਤ ਹੋਈ ਸੀ। ਸਾਰਾ ਦੇਸ਼ ਸਰਕੰਦ ਨਿਕਲਿਆ ਆਇਆ ਸੀ। बहुत लोगों ने कहा सी कि कांग्रेस तो फेल हो गई, कांग्रेस तो मर गई। हुण उही सारा कुछ जदों उस लड़की दे नाल होया, उस लड़की दा उत्थों तक दस्या तक ना गया, पर जदों गल निकली शुरू होई, जदों मीडिया दे विच चर्चा होना शुरू होया, हालांकि मीडिया दा 90% तां ओ जे बंबई फसिया होया सीगा सुशांत वाले केस दे विच। जदों उहदे विच गल चली तां उत्थों दे प्रशासन ने बजाय इह सच्चाई लोकां नूं दस्सण दे, बजाय यह सच्चाई देश नूं दस्सण दे, उसका लोग उसके घरदियां नूं घर च बंद करके ते रात के 2 बजे जाके जिस तरीके नाल संस्कार किया गया, ਉਂਗਲਾਂ तो उदने खड़ियां हो गई सी भी ये बहुत वड्डी गल नूं लुकाउण दी कोशिश की जा रही है। फिर उस तो बाद चो भी ये गलबात बहुती चली ना। ये तो कल जदों एक उत्थों दा वड्डा चैनल है जिहड़ा खास तौर पर प्रधानमंत्री का बड़ा नेड़े दा मन्निया जांदा और हमेशा गुणगान करते हैं उत्थों की सरकार का, उत्थों की जर्नलिस्ट जदों उस दे पिंड जाण लगी तो उस पिंड च बढ़न तो पहला बड़ी तादाद दे विच उत्थे पुलिस लगी हुई सी और पुलिस ने 1 किलोमीटर पहले उन्होंने रोक लिया। उन्हें बड़ी बेनती की कि मैं जाण दिओ, बैरीकेड लाते गए। फिर वो एक छोटी पगडंडी दे राही जदों उत्थे पहुंचण लगी तो पुलिस ने जिहड़ा उहदे नाल व्यवहार कीता, जो उन्होंने कहा गया कि तू चोर रस्ते चों आईआं, तू फलाणीआं, तू धमकीआं। जदों कुड़ी बार बार कई घंटे पुछदी रही कि मैनूं दस्सिया जावे कि तुसीं मैनूं जाण क्यों नहीं दिंदे, इक्को गल करदे सी कि जी ये तो उपरों आर्डर आया, ये तो बड़ा उपरों आर्डर आया। वो पुछे भी उपरों आर्डर दसो तो सही, मैं पढ़ी लिखी है, मैनूं दिखाओ कित्थे सानूं रोकण दा। नहीं जी सानूं आर्डर आया। उस गल दे विच जदों नेड़े जाण लगी, जिस तरीके नाल उहदे नाल मैन हैंडलिंग कीती गई, जिस तरीके नाल कुड़ी नूं फड़ के ਗੱਡੀ ਦੇ ਵਿੱਚ ਸਿੱਟਿਆ ਗਿਆ, ਫਿਰ ਉਸ ਦੇ ਕੈਮਰੇ ਦੀਆਂ ਤਾਰਾਂ ਤੋੜ ਦਿੱਤੀਆਂ ਗਈਆਂ। ਉਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਸੀ ਕਿ ਇਹ ਪ੍ਰਸ਼ਾਸਨ ਕੁਛ ਨਾ ਕੁਛ ਵੱਡੀ ਚੀਜ਼ ਹੈ ਜਿਹੜੀ ਇਸ ਗੱਲ ਨੂੰ ਲੁਕਾਉਣੀ ਚਾਹੁੰਦਾ। ਹੁਣ ਉਹ ਕੁੜੀ ਜਦੋਂ ਬਾਹਰ ਆ ਕੇ ਛੱਡਿਆ ਗਿਆ, ਪੁਲਿਸ ਵਾਲਿਆਂ ਦੇ ਨਾਲ ਉਹਦਾ ਬਹਿਸ ਵਸਾਈ ਹੋਈ, ਉਹ ਮਾਮਲਾ ਜ਼ੋਰ ਫੜ ਗਿਆ। ਉਸ ਚੈਨਲ ਦੇ ਸਾਰੇ ਸੀਨੀਅਰ ਜਰਨਲਿਸਟ ਉਸ ਪਿੰਡ ਚਲੇ ਗਏ, ਉਹਨਾਂ ਤੋਂ ਜ਼ਿਆਦਾ ਫਿਰ ਦਬਾਅ ਪੈਣਾ ਸ਼ੁਰੂ ਹੋ ਗਿਆ। ਫਿਰ ਆਨਨ ਫਾਨਨ ਦੇ ਵਿੱਚ इस सरकार ने अपना एक SP, एक DSP, एक SHO, एक हौलदार 7 जने सस्पेंड करते। हुण 7 जने इस करके सस्पेंड किए कि चलो घट्टो घट उस चैनल वाले बोलणों हट जाण, पर गल उदों तक सारे देश की बाकी मीडिया नूं मजबूरी च चलाउणी पै गई। वो उस परिवार दी वीडियो सामने आउणियां शुरू हो गईयां जदों उत्थों दा DM उहनां दे घर जाके उस परिवार नूं धमका रिहा है कि आ मीडिया वाले जिहड़े बाहर खड़े आ ना, ਇਹਨਾਂ ਨੂੰ ਕੋਈ ਬਹੁਤੀ ਦੇਰ ਨਹੀਂ ਖੜਨਾ, ਇਹ ਤਾਂ ਸਵੇਰੇ ਚਲੇ ਜਾਣਗੇ, ਅੱਧੇ ਕੱਲ ਦੁਪਹਿਰੇ ਚਲੇ ਜਾਣਗੇ, ਇੱਕੜ ਦੁੱਕੜ ਹੋਊਗਾ ਪਰਸੋਂ ਚਲੇ ਜਾਊਗਾ, ਰਹਿਣਾ ਤਾਂ ਸਾਡੇ ਕੋਲ ਹੀ ਹੈ। ਜਿਹੜਾ ਉਸ ਦੇ ਵਿੱਚ ਇੱਕ ਪਾਸੇ ਤਾਂ ਲੜਕੀ ਦੀ ਇਸ ਗੈਰ ਮਨੁੱਖੀ ਤਰੀਕੇ ਦੇ ਨਾਲ ਮੌਤ ਹੋਈ, ਤਸ਼ੱਦਦ ਹੋਇਆ ਔਰ ਆਊਟ ਆਫ ਦੀ ਬੇਜਾ ਕੇ ਸੰਸਕਾਰ ਹੋਇਆ, ਔਰ ਉਸ ਦੇ ਵਿੱਚ ਜਾ ਕੇ ਫਿਰ ਜਦੋਂ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਧਮਕਾਇਆ ਜਾਣਾ, ਉਹ ਵੀਡੀਓ ਵੀ ਜਦੋਂ ਬਾਹਰ ਆ ਗਈਆਂ, ਫਿਰ ਸਰਕਾਰ ਨੂੰ ਕੋਈ ਜਵਾਬ ਕੋਈ ਨਹੀਂ ਲੱਭ ਰਿਹਾ। उस मामले च हुण सारा मीडिया और देश भर दे विच प्रोटेस्ट होने शुरू हो गए जी। जिथे यूपी दे विच होए, उत्थे दिल्ली दे विच होए, बॉम्बे दे विच होए, चंडीगढ़ च भी होए, कहण दा भाव बहुत सारियां थावां ते देश दे विच इस वेले प्रोटेस्ट उस कुड़ी दे हक च होने शुरू हो गए है। दूजे पासे साडे देश दा प्रधानमंत्री जिहड़ा मतलब ट्वीट करन वास्ते ਉਂਗਲਾਂ ਉਹਨਾਂ ਦੀਆਂ ਕੰਬਦੀਆਂ ਰਹਿੰਦੇ ਨੇ, ਕੋਈ ਨਾ ਕੋਈ ਚੀਜ਼ ਲੱਭੇ ਮੈਂ ਟਵੀਟ ਕਰਾਂ, ਮੈਂ ਕੋਈ ਬਿਆਨ ਛੱਡਾਂ, ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਨੇ ਟਵੀਟ ਕਿਉਂ ਨਹੀਂ ਕੀਤਾ ਕੋਈ? ਜਿਹੜੇ ਨਾਰਾ ਲਾਉਂਦੇ ਸੀ ਕਿ ਇਹ ਦੇਸ਼ ਦੀਆਂ ਕੁੜੀਆਂ ਨੂੰ ਪੜ੍ਹਾਓ ਤੇ ਕੁੜੀਆਂ ਨੂੰ ਬਚਾਓ, ਤੇ ਉਹਨਾਂ ਦੇ ਇਸ ਮਾਮਲੇ 'ਚ ਇਸ 6 ਸਾਲ ਹੋ ਗਏ ਰਾਜ ਕਰਦਿਆਂ ਨੂੰ, ਇਹਨਾਂ ਦੇ ਡਾਟੇ ਲਗਾਤਾਰ ਵੱਧਦੇ ਜਾ ਰਹੇ ਉਹਨਾਂ ਦੇ ਤਸ਼ੱਦਦ ਦੇ। ਸੋ ਇਹ ਸਾਰੀ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਯੂਪੀ ਵਰਗੀ ਸਟੇਟ, ਉਸ ਸਟੇਟ ਦੇ ਵਿੱਚ ਜਦੋਂ ਯੋਗੀ ਆਦਿੱਤਿਆਨਾਥ ਵਰਗਾ ਬੰਦਾ ਜਿਹੜਾ ਭਗਵੇਂ ਕੱਪੜੇ ਪਾ ਕੇ ਵੀ ਜਦੋਂ ਉੱਥੇ ਇਸ ਤਰ੍ਹਾਂ ਦਾ ਹਾਲ ਹੋਵੇ, ਜੰਗਲ ਰਾਜ ਹੋਵੇ, ਤਾਂ ਬਾਕੀ ਦੇਸ਼ ਦਾ ਕੀ ਹਾਲ ਹੋਊਗਾ? ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦਾ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਉਹਦੀ ਭੈਣ ਪ੍ਰਿਯੰਕਾ ਗਾਂਧੀ, ਉਹ ਭਾਵੇਂ ਉਹਨੂੰ ਸਿਆਸੀ ਆਪਾਂ ਇੱਕ ਤਿਗੜਮ ਦੇਖ ਲਈਏ ਜਾਂ ਫਿਰ ਕਾਂਗਰਸੀ ਕਹਿਣਗੇ ਜੀ ਨਹੀਂ ਉਹਨਾਂ ਨੂੰ ਤਾਂ ਹਮਦਰਦੀ ਸੀ। ਜਿਸ ਤਰੀਕੇ ਨਾਲ ਉਹ ਗਏ, जिस तरीके ना यूपी पुलिस ने उसनू धक्के मार के सड़क पर सिटिया, उस तो बाद एक लैफ्ट फ्रंट का नेता आया उन्होंने भी धक्के मार के सड़क पर सिटिया गया। सो ये सारिया चीज़ा इशारा कर दिया ने कि एडा किसी अफसर के दम नहीं होंगे कि वो जो लॉ मेकर ने उन्होंने इस तरीके वो किते ना कितों पिछों उन्होंने इस तरह दक्षणा भी करते जो कुछ करना तेन कोई नहीं रोकता। सो देश के जो अनबैलेंस है इस वे चल रहा है, जोड़ा एक लोकतंत्र के होना नहीं चाहिए, और लगातार चीज़ा है जिहड़ियां आपां डिस्कस कर रहे हैं सामने आ रही ने। इस तरह का केस हुण इहदी तां चर्चा चल रही है जी। इस कुड़ी दे मामले तो सारे मीडिया चैनल सतर्क हो गया, पर इस तरह दी कितनियां कुड़ियां ने जिन्हां दे केस डिस्कस तक नहीं हुंदे, जां फिर बेचारियां नूं डरदियां नूं घरे बिठा लिया जांदा जी, जां फिर होर जिवें वो अफसर कह रहा कि तुहानूं जे करोना नाल मर जांदी कुड़ी फिर तुहाडा की बनना सी, तुहानूं किहड़ा हुक्म मिलना सी। सो ये साडे देश दे विच कोई आम बंदे दे जीवन दा उत्थे धरक है नहीं, ਜਿਹੜੇ ਹਾਲਾਤ ਤੇ ਐਗਜ਼ਾਮਪਲਾਂ ਸਾਨੂੰ ਆ ਚੀਕਾ ਮਾਰ ਮਾਰ ਕੇ ਸਾਡੇ ਸਾਹਮਣੇ ਵਿਖਿਆਨ ਕਰ ਰਹੀ। ਬਿਲਕੁਲ, ਤੇ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਹੋ ਰਹੀ ਹੈ, ਬਨੇ ਰਹੋ ਸਾਂਝਾ ਟੀਵੀ ਦੇ ਨਾਲ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਤੇ ਲਈ। Welcome back after a short break. You are watching Straight Talk Siddhi Gal te program de vich gal baat ho rahi hai Mr. Harpreet Singh Taliwal de naal. So Mr. Taliwal apna break to pehla gal baat kiti ki Bharat de vich ki kuch ho reha te Punjab de vich aa jaiye, Punjab de vich te Bharat de vich kisani muddeyan nu le ke jehde kisan sadkan de utte hege ne 1 October nu fir to roz pradarsan jehde shuru ho gaye hege ne te hun vak-vak shaharan de vich jehde lok jehde roz pradarsan ho rahe ne kisan jehde ne reelan jam karke baithe hoye hege ne jive assi pichli war vi gal kiti si ki सारे कितों बिल पास हो गया, राष्ट्रपति दे भी सिग्नेचर हो गए हैगे ने। हुण तुहानूं की लगदा है कि अगे की होण वाला है? ये रोज़ प्रदर्शन जिहड़े हो रहे ने ये प्रदर्शन नहीं बन के रह जाणगे जे कुछ होएगा भी की सरकार सुनेगी भी साडी? क्योंकि एक 8 मैंबरी कमेटी जिहड़ी बीजेपी ने लगा दित्ती है कि उहदे नाल अजे किसान गलबात करन दे लई तैयार नहीं हैगे। उन्हां ने कहा कि असीं उन्हां दे नाल गलबात नहीं करनी हैगी हजे, पर जे गलबात नहीं होवेगी तां ये मसले दा हल किस तरह होगा, किस तरह किसानां नूं उन्हां दे हक मिलणगे? असल च अर्शदी जिहड़े इस वेले हालात बन गए क्योंकि राष्ट्रपति ने बिल ते साइन करते ते कानून बन गया। बिल्कुल इस वेले सानू तां हनेर अगे नज़र आउंदी है। उस दे विच हुण यही है कि जदों बंदा बिल्कुल अपना उहनूं मरदा लगदा हुंदा है फिर वो छटपराहट चा के इस तरह दी कुछ ना कुछ करदा है, और वो हालात इस वेले पंजाब दे ने जी। पंजाब दे विच किसानी नूं जिस तरीके नाल खत्म करन दी साजिश के तहत केंद्र ने सारे कानून छिके टंके ये कानून लेके आंदा, उस दे नाल सारा किसान भाईचारा, क्योंकि पंजाब की जिहड़ी इकोनमी है आपां जानते हैं कि सारी खेतीबाड़ी दे नाल संबंधित है, सारा उहदी हार्टलाइन है, जे कोई लाइफ लाइन है तो खेतीबाड़ी है। हुण जिहड़ी उहदी डिग्निटी ते उहनां दे जिहड़े प्राउड ते जां उहनां दी लाइफ लाइन ते जिहड़ी उह कट्टण दी कोशिश कीती है, उस दे नाल पंजाब ने ससकना शुरू कर दिता है, तपना शुरू कर दिता है, उभराहट शुरू हो गई है। इसे करके सारिया किसान जथेबंदियां 31 दी 31 सड़कों पर आ गई, और बाकी दे लोग जिहड़े कदे भी नहीं किसानों के हक खड़े सी, चाहे आड़ती सी जां होर वर्ग सीगा, वो भी आगे उन्होंने नाल खड़ गया। पढ़े लिखे प्रोफैसर नौजवान मुंडे कुड़ियां भी उन्होंने नाल आके खड़ गया। पंजाब दे विच लोगों का एक एंटरटेनमेंट के तौर पर जाने जाते कलाकार भी उन्होंने नाल आके खड़ गया, और इन्ह सारिया चीज़ों के विच हुण संघर्ष शुरू हो गया। किसानों ने ਵੱਖ-ਵੱਖ ਥਾਵਾਂ ਤੇ जाके अपने मोर्चे लाए हुए हैं, ट्रेनां रोकियां हुई ने, सड़कों पर धरने दे रहे हैं, और केंद्र के वलों थापी दे के भेजे गए अडानी अंबानियां दे जिहड़े उन्होंने अपने बड़े बड़े सीलो जां गोडाउन उत्थे खोले सी, उन्होंने दे अगे धरने प्रदर्शन करने शुरू कर दिते हैं, उन्होंने कालखा मलनियाँ शुरू कर दित्तियां ने। और कुछ जिहड़े अंबानियां दे 80-85 गैस स्टेशन जां पेट्रोल पंप साडे पंजाब दे विच ने, उन्होंने भी उन्होंने घेरना शुरू कर दिता है। पर जिथे मैं गल्लां तुहानूं यह दस रहा, जिथे ये गल दस रहे हैं किसान तड़फ रहे हैं, उत्थे राजनीतिक पार्टियां ये एक पासे तो राजनीतिक पार्टियां इस गल का प्रोटेस्ट कर रही ने कि असीं जी किसानों के हक च ਅਸੀਂ ਤਾਂ ਉਹਨਾਂ ਦੀ ਜਾਨ ਚਾਹੁੰਦੇ ਹਾਂ। ਦੂਜੇ ਪਾਸੇ ਅਰਸ਼ੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅੰਬਾਨੀਆਂ ਦੇ 35 ਤਾਂ ਗੈਸ ਸਟੇਸ਼ਨ ਨੇ ਜਿਹੜੇ ਸਾਡੇ ਪੰਜਾਬ ਦੇ ਲੀਡਰਾਂ ਦੇ ਕੋਲ ਨੇ, ਜਿਨ੍ਹਾਂ 'ਚੋਂ 2 ਗੈਸ ਸਟੇਸ਼ਨ ਤਾਂ ਸੁੱਖ ਨਾਲ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਵੀ ਨੇ, ਔਰ ਇੱਕ ਗੈਸ ਸਟੇਸ਼ਨ ਮੌਜੂਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਮੁੰਡੇ ਕੋਲ ਕੱਥੂ ਨਗਲ 'ਚ ਹੈਗਾ। ਇੱਕ ਗੈਸ ਸਟੇਸ਼ਨ ਮਨਤਾਰ ਸਿੰਘ ਬਰਾੜ ਜਿਹੜੇ ਕਿ ਬਾਦਲ ਪਰਿਵਾਰ ਦੇ ਬੜੇ ਖਾਸਮ ਖਾਸ ਨੇ, ਉਹਨਾਂ ਕੋਲ ਵੀ ਹੈਗਾ। ਇਸੇ ਕਰਕੇ ਜਦੋਂ ਇਸ ਗੱਲ ਦੀ ਚਰਚਾ ਗੈਸ ਸਟੇਸ਼ਨਾਂ ਦੀ ਜਾਂ ਹੋਰਾਂ ਦੀ ਕਰੀ ਸੀ ਤਾਂ ਇਹਨਾਂ ਦੇ ਮੂੰਹ 'ਚ ਘੁੰਗੜੀਆਂ ਪੈ ਗਈਆਂ ਸੀ। ਹੁਣ ਉਹਨਾਂ ਨੇ ਸਾਰਾ ਪ੍ਰੋਟੈਸਟ ਕਰਨੇ ਇਹ ਲਗਾਤਾਰ ਸ਼ੁਰੂ ਕੀਤੇ ਹੋਏ ਆ, ਪਰ ਰਾਜਨੀਤਿਕ ਧਿਰਾਂ ਇਸ ਵੇਲੇ ਉਹ ਇਸ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਕਿ ਉਹ ਇਸ ਸਾਰੀ ਦੀ ਸਾਰੀ ਲੜਾਈ ਦੇ ਵਿੱਚੋਂ ਆਪਣੀ ਜਿਹੜੀ ਸਿਆਸੀ ਸਤਾ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜਿਹੜੀਆਂ ਖਾਸ ਤੌਰ ਤੇ ਹਾਸ਼ੀਏ ਤੇ ਚਲੀਆਂ ਗਈਆਂ ਸੀ। ਜਿਹੜਾ ਪ੍ਰੋਟੈਸਟ ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਹੋਣਾ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਅੰਮ੍ਰਿਤਸਰ ਤੋਂ ਚੱਲੇ, ਉਧਰੋਂ ਬੀਬੀ ਬਾਦਲ ਜੀ ਦਮਦਮਾ ਸਾਹਿਬ ਤੋਂ ਚੱਲੇ, ਉਧਰੋਂ ਚੰਦੂ ਮਾਜਰਾ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਚੱਲੇ। ਇਹ ਗੱਲ ਸਮਝ ਨਹੀਂ ਆਈ ਬਿਲਕੁਲ ਵੀ ਪ੍ਰੋਟੈਸਟ ਜੇਕਰ ਤੁਸੀਂ ਕਰਨਾ ਤਾਂ ਕਰਨਾ ਚਾਹੀਦਾ ਤੁਹਾਨੂੰ ਦਿੱਲੀ ਜਾ ਕੇ, ਜੀ ਪ੍ਰਧਾਨ ਮੰਤਰੀ ਦੇ ਘਰ ਦੇ ਅੱਗੇ ਜਾ ਕੇ। ਉੱਥੇ ਤਾਂ ਤੁਸੀਂ ਡਰਦੇ ਨਾਮ ਵੀ ਨਹੀਂ ਲੈਂਦੇ ਦਿੱਲੀ ਦਾ, ਤਾਂ ਤੁਸੀਂ ਚੱਲਦੇ ਵੀ ਤਖਤਾਂ ਤੋਂ। ਜੇ ਤਾਂ ਕੋਈ ਧਾਰਮਿਕ ਆਪਾਂ ਨੇ ਕੋਈ ਪ੍ਰੋਗਰਾਮ ਉਲੀਕਣਾ ਹੋਵੇ ਫਿਰ ਤਾਂ ਮੰਨਿਆ ਜਾਂਦਾ ਕਿ ਤੁਸੀਂ ਤਖਤਾਂ ਤੋਂ ਚੱਲੋ, ਤਖਤਾਂ ਦੇ ਮੱਥਾ ਟੇਕਣ ਚੱਲੋ। ਇਸ ਪ੍ਰੋਗਰਾਮ ਦਾ ਤਖਤਾਂ ਦੇ ਨਾਲ ਕੀ ਲੈਣ ਦੇਣਾ ਬਈ? ਨਾਲੇ ਤਖਤਾਂ ਤੱਕ ਜਾਂਦਾ ਹੁੰਦਾ ਕੋਈ ਵੀ ਰੋਸ ਮਾਰਚ ਹੁੰਦਾ, ਇਹ ਤਖਤਾਂ ਤੋਂ ਪਿੱਛੇ ਜਾ ਰਿਹਾ ਹੈ। ਇੱਥੇ ਤਾਂ ਜਦੋਂ ਕਾਲ ਤੱਕ ਤੇ ਜਥੇਦਾਰ ਨੂੰ ਘਰੇ ਬੁਲਾਇਆ ਜਾ ਸਕਦਾ, ਫਿਰ ਇਹਨਾਂ ਵਾਸਤੇ ਤਾਂ ਮਜ਼ਾਕ ਦੀ ਖੇਡਾਂ ਨੇ ਨਾ। ਫਿਰ ਚੰਡੀਗੜ੍ਹ ਗਏ, ਉਹਦੇ ਵਿੱਚ ਜਿੰਨਾ ਵੀ ਪ੍ਰੋਟੈਸਟ ਹੋਇਆ ਕਿਹਾ ਗਿਆ ਕਿ ਟਰੈਕਟਰ ਮਾਰਚ ਹੋਣਾ। ਟਰੈਕਟਰ ਤਾਂ ਮੈਨੂੰ ਉਹ 'ਚ ਕੋਈ ਦਿਖਿਆ ਨਹੀਂ, ਉਹਦੇ 'ਚ ਗੱਡੀਆਂ ਜ਼ਰੂਰ ਸੀ, ਲਗਜ਼ਰੀ ਗੱਡੀਆਂ। ਇੱਕ 3-wheel 407 ਬਣਾਇਆ ਹੋਇਆ ਸੀ ਜਿਹਦੇ 'ਚ ਬਾਦਲ ਸਾਹਿਬ ਦੀ ਛੋਟਿਆਂ ਦੀ ਕੁਰਸੀ ਲਾਈ ਹੋਈ ਸੀ, ਬਾਕੀ ਆਲੇ ਦੁਆਲੇ ਲਗਜ਼ਰੀ ਗੱਡੀਆਂ ਸੀ, ਔਰ ਉਹਨਾਂ ਤੇ ਬਾਦਲ ਪਰਿਵਾਰ ਦੀਆਂ ਫੋਟੋਆਂ ਸੀ। ਜਿਵੇਂ ਬਾਦਲ ਪਰਿਵਾਰ ਦਾ ਕੱਲਿਆਂ ਦਾ ਖੇਤ ਉਜੜ ਗਿਆ ਹੁੰਦਾ ਨਾ, ਵੀ ਬਾਕੀ ਦਾ ਰੌਲਾ ਨਹੀਂ ਹੈ, ਤਾਂ ਨਿੱਜੀ ਲੜਾਈ ਲੜਨ ਚੱਲੇ ਵੀ ਸਾਡੇ ਖੇਤ ਤੇ ਕਬਜ਼ਾ ਕਰ ਲਿਆ ਕਿਸੇ ਨੇ, ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਅਸੀਂ ਡੀਜੀਪੀ ਦਾ ਕਬਜ਼ਾ ਕਰਨ ਧਰਨਾ ਦੇਣ ਚੱਲੇ ਵੀ ਸਾਡੀ ਜ਼ਮੀਨ ਛਡਾਓ। ਉਹਦੇ ਵਿੱਚ ਕਿਸੇ ਕਿਸਾਨ ਦੀ ਫੋਟੋ ਨਹੀਂ, ਕੁਝ ਵੀ ਨਹੀਂ ਹੈ। ਇਹ ਸਿਆਸਤ ਸਾਰੀ ਕੀਤੀ ਜਾ ਰਹੀ ਹੈ। ਬਿਲਕੁਲ ਬਿਲਕੁਲ, ਤੁਸੀਂ ਦੇਖਿਆ ਹੀ ਹੋਣਾ ਯਾਰ ਰੋਸ ਪ੍ਰਦਰਸ਼ਨ ਦੇ ਵਿੱਚ ਪਾਣੀ ਤੋਪਾਂ ਚੱਲੀਆਂ ਗਈਆਂ, ਕਹਿੰਦੇ ਤੋਪਾਂ ਚੱਲੀਆਂ ਬਾਅਦ ਪਤਾ ਲੱਗਿਆ ਨਹੀਂ ਪਾਣੀ ਵਾਲੀ ਤੋਪ ਚੱਲੀ ਹੈ, ਦੂਜੀਆਂ ਤੋਪਾਂ ਨਹੀਂ ਚੱਲੀਆਂ। ਫਿਰ ਡੰਡੇ ਪਏ ਹੈਗੇ ਆ, ਡੰਡੇ ਵੱਜੇ ਹੈਗੇ ਉਹਨਾਂ ਦੇ, ਪਰ ਮੈਨੂੰ ਕਿਤੇ ਲੱਗਿਆ ਤਾਂ ਨਹੀਂ ਵੀ ਐਂ ਲੱਗਦਾ ਸੀ ਜਿਵੇਂ ਵੀ ਹੌਲੀ ਹੌਲੀ ਕੋਈ ਮਸਾਜ ਕਰ ਰਿਹਾ ਹੁੰਦਾ। ਉਹ ਦੇਖੋ ਜੀ ਪੁਲਿਸ ਕੋਲ ਫਿਰ ਹੱਲ ਜਦੋਂ ਹੁੰਦਾ ਜੀ, ਪਹਿਲਾਂ ਵਾਰਨ ਕਰਦੇ ਆ, ਫਿਰ ਵੈਰੀਕੇਡ ਲਾਉਂਦੇ ਆ, ਵੈਰੀਕੇਡ ਤੋਂ ਬਾਅਦ ਫਿਰ ਉਹ ਪਾਣੀ ਦੀਆਂ ਜਿਹੜੀਆਂ ਉਹਨੂੰ ਤੋਪ ਬੋਲਦੇ ਨੇ, ਕੈਨਨ, ਵਾਟਰ ਕੈਨਨ ਹੁੰਦੀ ਆ ਐਕਚੁਅਲ ਚ, ਉਹਨੂੰ ਪਾਣੀ ਦੀਆਂ ਤੋਪਾਂ ਆਪਣੇ ਕਹਿੰਦੇ ਆ। ਫਿਰ ਉਹਨਾਂ ਦੀ ਵਿਚਾਰ ਕਰਦੇ ਆ, ਫਿਰ ਜਦੋਂ ਇਸ ਤਰ੍ਹਾਂ ਵੱਧ ਕੋਈ ਇਸ ਤਰ੍ਹਾਂ ਦੇ ਫਿਰ ਉਹ ਲਾਠੀ ਚਾਰਜ ਕਰਦੇ ਆ। ਇਹ ਉਹਨਾਂ ਦਾ ਇੱਕ ਨਿਯਮ ਹੁੰਦੇ ਆ ਜੀ ਇਸ ਤਰ੍ਹਾਂ ਦੇ ਸਾਰੇ ਤੇ ਸਾਰੇ। ਹਾਂ, ਹੁਣ ਉਹ ਤਾਂ ਜਿਹੜਾ ਕੁਝ ਕਰ ਰਹੇ ਆ ਇੱਕ ਪਾਸੇ, ਦੂਜੇ ਪਾਸੇ ਪਤਾ ਲੱਗਿਆ ਕਿ ਇਸ ਧਰਨੇ ਪ੍ਰਦਰਸ਼ਨਾਂ ਦੇ ਵਿੱਚੋਂ ਵਿੱਚ ਬਾਕੀ ਰਾਜਨੀਤਿਕ ਪਾਰਟੀਆਂ, ਜਿਨ੍ਹਾਂ 'ਚ ਇਸ ਵੇਲੇ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਵੱਲੋਂ ਆਪਣੇ ਕੇਂਦਰ 'ਚੋਂ ਲੀਡਰ ਰਾਹੁਲ ਗਾਂਧੀ ਸਾਹਿਬ ਨੂੰ ਲਿਆਇਆ ਜਾ ਰਿਹਾ ਹੈ। ਬਿਲਕੁਲ, ਇੱਕ ਤਾਂ ਪਹਿਲਾਂ ਤਾਂ ਕਹਿੰਦੇ ਸੀ 2-3-4 ਰਹੂਗਾ ਇੱਥੇ 3 ਦਿਨ, ਫਿਰ ਪਤਾ ਲੱਗਾ ਜੀ 3-4-5 ਨੂੰ ਰਹੂਗਾ। ਹੁਣ ਉਹ ਵੀ ਆਉਣਾ ਸੀ ਜਿਹੜਾ, ਉਹ ਵੀ ਕੈਂਸਲ ਹੋ ਗਿਆ। ਹੁਣ ਪਤਾ ਲੱਗਿਆ ਕਿ 4-5-6 3 ਦਿਨਾਂ ਦਾ ਉਹਦਾ ਪ੍ਰੋਗਰਾਮ ਹੋਊਗਾ। ਹੁਣ ਉਸ ਪ੍ਰੋਗਰਾਮ ਦੇ ਤਹਿਤ ਰਾਹੁਲ ਗਾਂਧੀ ਸਾਹਿਬ ਇੱਥੇ ਆ ਕੇ ਉਹ ਕਿਸਾਨਾਂ ਨੂੰ ਕੀ ਸਮਝਾਉਣਗੇ, ਜਾਂ ਕਿਸਾਨਾਂ ਦੇ ਵਿੱਚ ਜਾਣਗੇ, ਜਾਂ ਫਿਰ ਜਦੋਂ ਕਿਸਾਨਾਂ 'ਚ ਜਾਣਗੇ ਤਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਨਜ਼ਰੀਆ ਉਹਨਾਂ ਦੇ ਵੱਲ ਹੋਊਗਾ। ਕਿਸਾਨ ਕੀ ਉਹਨਾਂ ਨੂੰ ਪਾਉਣਗੇ ਕੁਛ, ਉਹ ਖੈਰ ਪਾਉਣਗੇ ਉਹਨੂੰ ਆਏ ਹੋਏ ਨੂੰ, ਜਾਂ ਫਿਰ ਜਿਸ ਤਰੀਕੇ ਨਾਲ ਬਾਕੀਆਂ ਨੂੰ ਘੇਰ ਰਹੇ ਨੇ, ਜਾਂ ਜਿਵੇਂ ਕੱਲ ਪਤਾ ਲੱਗਿਆ ਕਿ ਕਾਂਗਰਸ ਦਾ ਮੰਤਰੀ ਸਾਹਿਬ ਕਾਂਗੜ, ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਦਾ ਨਾਮ ਹੈ, ਉਹ ਰਾਏਸੁਰ ਬਰਨਾਲੇ ਦੇ ਇਲਾਕੇ ਆ, ਇੱਕ ਸਕੂਲ ਦੇ ਵਿੱਚ ਪਾਰਕ ਦਾ ਉਦਘਾਟਨ ਕਰਨ ਚੱਲਿਆ ਸੀ ਜੀ। ਉਹਨਾਂ ਨੂੰ ਪਤਾ ਲੱਗਿਆ ਮੰਤਰੀ ਆ ਗਿਆ, ਉਹਨਾਂ ਨੇ ਸਾਰਾ ਪਾਰਕ ਘੇਰ ਲਿਆ। ਤਾਂ ਮੰਤਰੀ ਸਾਹਿਬ ਤਾਂ ਮਾਵੇ ਵਾਲੀ ਪੱਗ ਬੰਨ ਕੇ ਉੱਥੇ ਗਏ ਸੀ, ਤੇ ਉਹਨਾਂ ਨੂੰ ਰਸਤੇ 'ਚ ਆਪਣੀ ਗੱਡੀ ਦਾ ਯੂ ਟਰਨ ਲੈਣਾ ਪੈ ਗਿਆ। ਇਸੇ ਤਰੀਕੇ ਨਾਲ ਜਿਹੜੇ ਬੀਜੇਪੀ ਦੇ ਲੀਡਰ ਨੇ, ਚਾਹੇ ਸ਼ਵੇਤ ਮਲਿਕ ਹੈ ਜਾਂ ਫਿਰ ਤਰਨ ਚੁੱਗ ਹੈ, ਜਿੰਨੇ ਵੀ ਨੇ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਵੀ ਕਿਸਾਨ ਭਰਾ ਬੈਠ ਕੇ ਆ ਪਿਛਲੇ ਦਿਨ ਹੰਸਰਾਜ ਹੰਸ ਦੀ ਵੀ ਖਾਸੀਆਂ ਉਡਾਰੀਆਂ ਮਰਵਾ ਕੇ ਆਏ ਉਹਦੇ ਘਰ ਦੇ ਮੂਹਰੇ ਜਾ ਕੇ। ਸੋ ਉਸ ਕਰਕੇ ਕਿਸਾਨਾਂ ਨੇ ਤਾਂ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾਇਆ ਹੋਇਆ, ਪਰ ਸਿਆਸੀ ਲੋਕ ਜਿਸ ਤਰੀਕੇ ਨਾਲ ਇਸ ਦੇ ਵਿੱਚ ਇੰਟਰਫੇਰੈਂਸ ਕਰ ਰਹੇ ਨੇ, ਉੱਥੇ ਕਿਤੇ ਨਾ ਕਿਤੇ ਜਾ ਕੇ ਸ਼ੰਕਾ ਹੋ ਜਾਂਦੀ ਹੈ ਕਿ ਇਹ ਸਿਰੇ ਜਾ ਕੇ ਚੜੂਗੀ ਲੜਾਈ, ਜਾਂ ਫਿਰ ਸਿਆਸੀ ਲੋਕ ਇਹਨੂੰ ਧਾਰੋ ਪੀੜ ਨਾ ਕਰ ਦੇਣ ਜਾਂ ਸਾਬੋਤਾਜ ਨਾ ਕਰ ਦੇਣ। ਇਲੈਕਸ਼ਨ ਆ ਰਹੇ ਆ 2022 ਦੇ, ਇਹਨੂੰ ਦੇਖ ਕੇ ਇਹਦੇ ਸੰਦਰਭ ਦੇ ਵਿੱਚ ਵੋਟਾਂ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਵੋਟਾਂ ਲੈ ਲਈਏ। ਮੈਨੂੰ ਲੱਗਦਾ ਇਹ ਵੀ ਹੋ ਰਿਹਾ ਹੈਗਾ ਆ। ਹੁਣ ਕੋਈ ਵੀ ਵੱਡੀ ਲੜਾਈ ਹੈਗੀ ਆ, ਤੁਹਾਨੂੰ ਵੀ ਪਤਾ ਹੋਣਾ ਹਮੇਸ਼ਾ ਪੰਜਾਬ ਤੋਂ ਵਿੱਢੀ ਜਾਂਦੀ ਹੈ, ਪਰ ਇਹ ਲੜਾਈ ਜਿਹੜੀ ਉਹ ਦਿੱਲੀ ਤੋਂ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਦਿੱਲੀ ਜਾਣਾ ਪੈਣਾ ਹੈਗਾ, ਉੱਥੇ ਜਾ ਕੇ ਆਵਾਜ਼ ਚੁੱਕਣੀ ਪੈਣੀ ਹੈ ਕਿ ਸ਼ਾਇਦ ਜਿਹੜੇ ਇਹ ਕਾਨੂੰਨ ਬਣ ਗਿਆ ਹੈਗਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੋਧ ਕੀਤੀ ਜਾਵੇ ਕਿਉਂਕਿ ਕਾਨੂੰਨਾਂ ਦੇ ਵਿੱਚ ਸੋਧ ਜਿਹੜੀ ਹੈਗੀ ਆ ਉਹ ਹੁੰਦੀ ਰਹੀ ਹੈ, ਪਿਛਲੇ ਸਮਿਆਂ ਦੇ ਵਿੱਚ ਵੀ ਹੁੰਦੀ ਰਹੀ ਹੈ, ਪਰ ਹੁਣ ਇਸ ਵੇਲੇ ਕੀ ਹੋਣਾ ਆ ਇਹ ਹੁਣ ਜਿਹੜਾ ਆਉਣ ਵਾਲਾ ਸਮਾਂ ਉਹੀ ਦੱਸੇਗਾ। ਕਿਉਂਕਿ ਹੁਣ ਨਾਲ ਨਾਲ ਜੇ ਪੰਜਾਬ ਦੀ ਸਿਆਸਤ ਦੀ ਅਸੀਂ ਗੱਲ ਕਰ ਹੀ ਰਹੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬੜੀਆਂ ਅਟਕਲਾਂ ਲੱਗ ਰਹੀਆਂ ਨੇ, ਕਿਹਦੇ ਹੱਕ 'ਚ ਖੜੇ ਹੋਣਗੇ। ਪਹਿਲਾਂ ਉਹਨਾਂ ਨੇ ਕਿਸਾਨੀ ਦੇ ਲਈ ਇੰਨਾ ਜ਼ਿਆਦਾ ਨਹੀਂ ਬੋਲਿਆ, ਪਰ ਬਾਅਦ 'ਚ ਇੱਕੋ ਦਮ ਜਦੋਂ ਪ੍ਰਦਰਸ਼ਨ ਹੋਏ, ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ, ਟਵੀਟ ਵੀ ਕੀਤੇ, ਲਾਈਵ ਵੀ ਹੋ ਕੇ ਗੱਲਬਾਤ ਕੀਤੀ ਹੈਗੀ ਆ। ਹੁਣ ਉਹਨਾਂ ਦਾ ਹਰੀਸ਼ ਰਾਵਤ ਦੇ ਨਾਲ ਮੁਲਾਕਾਤ ਕਰਨ ਦੇ ਉੱਤੇ ਵੀ ਸਿਆਸਤ ਪੱਕੀ ਹੋਈ ਹੈ, ਕੀ ਕਹਿਣਾ ਤੁਹਾਡਾ? ਗੱਲ ਇਹ ਹੈ ਜੀ ਕਿਉਂਕਿ ਜਿਹੜੇ ਇਸ ਵੇਲੇ ਰਾਵਤ ਸਾਹਿਬ ਨੂੰ ਪੰਜਾਬ ਦੇ ਮਾਮਲਿਆਂ ਦਾ ਇੰਚਾਰਜ ਲਾਇਆ, ਰਾਵਤ ਉੱਤਰਾਖੰਡ ਦੇ 3 ਵਾਰ ਦੇ ਮੁੱਖ ਮੰਤਰੀ ਨੇ ਜੀ, ਸੀਨੀਅਰ ਲੀਡਰ ਨੇ। ਇਸ ਤੋਂ ਪਹਿਲਾਂ ਤਾਂ ਜਿਹੜੇ ਇੱਥੋਂ ਦੇ ਮਾਮਲਿਆਂ ਦੇ ਇੰਚਾਰਜ ਸੀ ਆਸ਼ਾ ਕੁਮਾਰੀ, ਆਸ਼ਾ ਕੁਮਾਰੀ ਨੂੰ ਮੰਨਿਆ ਜਾਂਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਂ ਦੇ ਵਿੱਚ ਹਾਂ ਮਰਾਉਣ ਵਾਲੀ ਹੈ, ਪਰ ਹਰੀਸ਼ ਰਾਵਤ ਨੂੰ ਜਿਸ ਤਰੀਕੇ ਨਾਲ ਇੱਥੇ ਭੇਜਿਆ ਗਿਆ ਇਹ ਕਾਫੀ ਸਾਰੀਆਂ ਗੱਲਾਂ ਨੂੰ ਜਾਂ ਸਵਾਲਾਂ ਨੂੰ ਜਵਾਬ ਦਿੰਦਾ। ਉਹਦਾ ਕਾਰਨ ਇਹ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਹੋਣੀਆਂ ਨੇ ਅਰਸ਼ੀ, ਤਾਂ ਉੱਤਰਾਖੰਡ 'ਚ ਵੀ ਉਹਦੀ ਚੋਣਾਂ ਨੇ। ਕੀ ਕਾਰਨ ਹੈ ਕਿ ਹਰੀਸ਼ ਰਾਵਤ ਨੂੰ ਜਿਹੜੇ ਨੇ ਉੱਥੇ ਮੁੱਖ ਮੰਤਰੀ ਦਾ ਮੁੱਖ ਦਾਅਵੇਦਾਰ ਹੈ ਉਹਨੂੰ ਇੱਥੇ ਭੇਜਿਆ ਗਿਆ। ਉਹ ਸਾਰੀ ਚੀਜ਼ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਜਿਹੜੇ ਨਾਰਾਜ਼ ਚੱਲ ਰਹੇ ਧੜੇ ਨੇ ਉਹ ਆਸ਼ਾ ਕੁਮਾਰੀ ਨਾਲ ਵੀ ਨਾਰਾਜ਼ ਚੱਲਦੇ ਸੀ, ਇਸੇ ਕਰਕੇ ਉਹਦੇ ਪਾਣੀ ਉੱਪਰ ਦੀ ਨਿਕਲਦਾ ਸੀ। ਹੁਣ ਸ਼ਮਸ਼ੇਰ ਸਿੰਘ ਦੁੱਲੋਂ ਹੋਵੇ, ਸ਼ਮਸ਼ੇਰ ਸਿੰਘ ਬਾਜਵਾ ਹੋਵੇ, ਉਹਨਾਂ ਦੀ ਲੜਾਈ ਜਿਹੜੀ ਕੈਪਟਨ ਨਾਲ ਚੱਲਦੀ ਸੀ ਉਹ ਅਲੱਗ। ਹੁਣ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਵੱਡੇ ਕਦ ਦਾ ਨੇਤਾ ਔਰ ਵੱਡੀ ਸ਼ਖਸੀਅਤ, ਵੱਡੀ ਪਰਸਨੈਲਿਟੀ ਹੈ, ਸਾਲ 1.5 ਸਾਲ ਤਾਂ ਉਹਨੂੰ ਵੀ ਹੋ ਗਿਆ ਚੁੱਪ ਕਰੇ ਨੂੰ ਬੈਠੇ ਨੂੰ। ਉਹਨੂੰ ਮਨਾਉਣ ਵਾਸਤੇ ਕਿਆਸ ਰਾਏ ਤਾਂ ਬਹੁਤ ਲਾਏ ਜਾ ਰਹੇ ਸੀ। ਜਦੋਂ ਕਦੇ ਫੋਟੋ ਇਹ ਜਾਰੀ ਹੁੰਦੀ ਸੀ ਕਿ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਦੇ ਨਾਲ ਖੜੇ ਆ, ਫਿਰ ਬਹੁਤ ਸਾਰੀਆਂ ਚਰਚਾਵਾਂ ਜਨਮ ਲੈਂਦੀਆਂ ਸੀ। ਜਦੋਂ ਨਵਜੋਤ ਸਿੰਘ ਸਿੱਧੂ ਕੁਝ ਵੀ ਨਹੀਂ ਸੀ ਬੋਲਦਾ ਫਿਰ ਵੀ ਚਰਚਾਵਾਂ ਜਨਮ ਲੈਂਦੀਆਂ ਸੀ, ਪਤਾ ਨਹੀਂ ਕੀ ਕਰੂਗਾ, ਕਿਸ ਪਾਸੇ ਨੂੰ ਜਾਊਗਾ। ਹੁਣ ਹਰੀਸ਼ ਰਾਵਤ ਨੇ ਜਿਸ ਤਰੀਕੇ ਨਾਲ ਦਿੱਲੀ ਤੋਂ ਹੀ ਪਹਿਲਾ ਬਿਆਨ ਦਿੱਤਾ ਸੀ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਇਸ ਦਾ ਸਾਡੀ ਪਾਰਟੀ ਦਾ ਭਵਿੱਖ ਹੈ ਔਰ ਇਹ ਸਾਡੀ ਪਾਰਟੀ ਜਿੱਥੇ 2022 ਚ ਅਹਿਮ ਚੋਣ ਰੋਲ ਨਿਭਾਊਗਾ ਉਹਦੇ 2024 ਦੀਆਂ ਚੋਣਾਂ 'ਚ ਵੀ ਨਿਭਾਊਗਾ। ਉਹ ਇਸ ਗੱਲ ਵੱਲ ਇਸ਼ਾਰਾ ਕਿ ਕਿਤੇ ਨਾ ਕਿਤੇ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਉਭਾਰਨਾ ਚਾਹੁੰਦੀ ਹੈ, ਪਰ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਨਾ ਕੀਤਾ ਗਿਆ ਔਰ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਦੇ ਵਿੱਚ ਅਲੱਗ ਇੱਕ ਆਪਣਾ ਪ੍ਰੋਟੈਸਟ ਕਰਨਾ, ਉਸ ਦੇ ਵਿੱਚ ਕਾਂਗਰਸ ਪਾਰਟੀ ਦੀ ਝੰਡੀ ਤੱਕ ਨਾ ਲਾਉਣੀ, ਉਹਨੇ ਕਾਫੀ ਸਾਰੇ ਕਿਆਫਿਆਂ ਨੂੰ ਜਨਮ ਦਿੱਤਾ। ਪਿਛਲੇ ਦਿਨਾਂ 'ਚ ਆਪਦੇ ਪਿੰਡ ਗਿਆ ਮਾਨਵਾਲਾ ਧੂਰੀ ਦੇ ਲਾਗੇ, ਉੱਥੇ ਜਾ ਕੇ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਉੱਥੋਂ ਵੀ ਕਿਸਾਨਾਂ ਦੀਆਂ ਝੰਡੀਆਂ ਤੇ ਕਾਲੀਆਂ ਝੰਡੀਆਂ ਫੜ ਕੇ ਕੀਤਾ। ਬਹੁਤ ਸਾਰੇ ਲੋਕਾਂ ਨੇ ਦੰਦ ਕਥਾ ਸ਼ੁਰੂ ਕਰ ਲਈ ਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ 'ਚ ਵੀ ਨਹੀਂ ਰਹਿੰਦਾ, ਇਹ ਤਾਂ ਹੋ ਸਕਦਾ ਕਿ ਆਪਣਾ ਨਵਾਂ ਦਲ ਬਣਾ ਲਏ। ਉਹਦੇ ਨਾਲ ਫਿਰ ਹਲਚਲ ਹੋਈ। ਹਰੀਸ਼ ਰਾਵਤ ਨੂੰ ਕੱਲ ਫਿਰ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਤਾਂ ਅੰਮ੍ਰਿਤਸਰ ਮਿਲੇ, ਫਿਰ ਦੇਰ ਰਾਤ ਉਹਨਾਂ ਦੇ ਨਾਲ ਡਿਨਰ ਉਹਦੇ ਘਰ ਕਰਨ ਗਏ। ਉਹ ਬਾਹਰ ਨਿਕਲ ਕੇ ਫਿਰ ਹਰੀਸ਼ ਰਾਵਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡਾ ਛੋਟਾ ਭਰਾ ਹੈ ਤੇ ਇਹ ਹੁਣ ਰਾਹੁਲ ਗਾਂਧੀ ਨੇ ਜਦੋਂ ਪੰਜਾਬ ਦੇ ਵਿੱਚ ਆਉਣਾ ਹੈ ਉਸ ਦੇ ਜਿਹੜਾ ਟਰੈਕਟਰ ਉਹਨੇ ਚਲਾਉਣਾ ਹੈ, ਇੱਕ ਮਗਰਾੜ ਤੇ ਤਾਂ ਬੈਠੂਗਾ ਕੈਪਟਨ ਅਮਰਿੰਦਰ ਤੇ ਦੂਜੇ ਮਗਰਾੜ ਤੇ ਨਵਜੋਤ ਸਿੰਘ ਸਿੱਧੂ ਨੂੰ ਬਿਠਾਵਾਂਗੇ। ਪਰ ਹੁਣ ਰੌਲਾ ਇਸ ਗੱਲ ਦਾ ਕਿ ਉੱਥੇ ਟਰੈਕਟਰ ਤਾਂ ਇੱਕ ਹੈ, ਮਗਰਾੜ ਸਿਰਫ 2 ਹੁੰਦੇ ਆ ਤੇ ਨੇਤਾ ਖਾਸੇ ਨਾਰਾਜ਼ ਨੇ। ਉਹਨਾਂ ਨੂੰ ਕਿੱਥੇ ਬਿਠਾਉਣਗੇ? ਸ਼ਮਸ਼ੇਰ ਸਿੰਘ ਬਾਜਵਾ ਨੂੰ ਟਰਾਲੀ 'ਚ ਬਿਠਾਉਣਗੇ ਪਿੱਛੇ, ਪ੍ਰਤਾਪ ਸਿੰਘ ਬਾਜਵਾ ਮੂਹਰੇ ਸਲਾਂਸਰ ਫੜ ਕੇ ਖੜੂ, ਜਾਂ ਫਿਰ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਉਹ ਕਿਵੇਂ ਛਤਰੀ ਨੂੰ ਹੱਥ ਪਾ ਕੇ ਖੜਨਗੇ? ਨੇਤਾ ਤਾਂ ਸਾਡੇ ਬਹੁਤ ਸਾਰੇ ਨੇ, ਐਡਜਸਟ ਉਹਨਾਂ ਨੂੰ ਕਿਵੇਂ ਕਰਨਗੇ? ਜਾਂ ਫਿਰ ਜੇ ਟਰੈਕਟਰ 2-3 ਸਜਾਏ ਹੋਇਆ ਕਿ ਜਿਹੜੇ ਨਾਰਾਜ਼ ਨੇਤਾ ਨੇ ਉਹ ਪਿਛਲੀ ਟਰਾਲੀ 'ਚ ਬੈਠਾ ਮੰਨ ਜਾਣਗੇ, ਜਾਂ ਫਿਰ ਬਰਾਬਰ ਟਰੈਕਟਰ ਲੈ ਕੇ ਜਾਣਗੇ ਵੀ ਹਾਂਜੀ ਕਦੇ ਉਹਨਾਂ ਨਾਲ ਹੈਲੋ ਕਰ ਲਈ, ਕਦੇ ਇੱਧਰ ਲੈਣਾ ਕਰ ਲਈ। ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਉਹਨਾਂ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੂੰ ਹਰੀਸ਼ ਰਾਵਤ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਹੱਕ 'ਚ ਬਿਆਨ ਦਿੱਤੇ ਆ ਉਸ ਗੱਲ ਨਾਲ ਅਰਸ਼ ਜੀ ਇੱਕ ਗੱਲ ਤਾਂ ਜ਼ਰੂਰ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਤਾਂ ਇਹ ਹੁਣ ਹੋ ਗਿਆ ਲਾਜ਼ਮੀ ਕਿ ਉਹਨੂੰ ਬਾਹਰ ਕੱਢਿਆ ਜਾਊਗਾ। ਪਰ ਕੈਪਟਨ ਅਮਰਿੰਦਰ ਜਿਹੜੇ ਕੀ ਕਹਿੰਦੇ ਸੀ, ਮੈਂ ਤਾਂ ਪਹਿਲਾਂ ਕਹਿੰਦੇ ਸੀ ਮੇਰੀ ਆਖਰੀ ਚੋਣ ਹੈ, फिर कहते मैं तो हम 2022 वाली चोड़ा लड़निया ने, वह भी बापू बादल वागू हम दिन प्रति दिन जो जो बुढ़े हो रहे हैं जवान होते जाते हैं, वो कहते मैं भी चोण लड़नी है। हुण उस चोण दे विच जदों नवजोत सिंह सिद्धू नूं अगे लिआए फिर उस दे विच कैप्टन अमरिंदर दा की नज़रिया होगा जां उन्हां दे ग्रुप दा की नज़रिया होगा। किते वो कहंदे हुंदे ने भी वो छोटी जी गल करदे हुंदे ने जी ये लम्हों की खता सी तो सदियों तक भुगतनी पड़ी है, ते ना वो ना भी इधरों नवजोत सिंह सिद्धू नूं लिआ रहे ने उधरों अपने कैप्टन साहब कहण जी मैं तां पिछले कमरे जाके बैठूं मैं नहीं आउंदा। सो ये सारियां चीज़ां दे विच कांग्रेस दी जिहड़ी सियासत है वो बड़ी रोचक है। दूजे पासे जदों राहुल गांधी हुण रोड शो करनगे उदों फिर इन्हां दा सारियां दा चाचर देखण नूं मिलूगा। ये मैं ये गल नूं खत्म करां, तुहानूं एक इंटरस्टिंग गल सुणाउणा। पिछले समय च जिहड़ा सिंगला इस वेले ईशू सिंगला जिहनूं कहिंदे आ एजुकेशन जिहड़े मिनिस्टर ने, तां उन्हां ने उत्थे लिआंदा सी ਸੰਗਰੂਰ ਦੇ ਇਲਾਕੇ ਕੈਂਸਰ ਹਸਪੀਟਲ ਦਾ ਉਦਘਾਟਨ ਉਹਨਾਂ ਨੀਂਹ ਪੱਥਰ ਰੱਖਣਾ ਸੀ। ਉਸ ਵੇਲੇ ਰਾਹੁਲ ਗਾਂਧੀ ਆਏ, ਉਦੋਂ ਪ੍ਰਤਾਪ ਸਿੰਘ ਬਾਜਵਾ ਹੋਇਆ ਕਰਦੇ ਸੀ ਕਾਂਗਰਸ ਦੇ ਪ੍ਰਧਾਨ, ਈਸ਼ੂ ਸਿੰਗਲਾ ਪ੍ਰਤਾਪ ਸਿੰਘ ਬਾਜਵਾ ਵਾਲੇ ਸਟੈਪ ਰੱਖਦਾ ਸੀ, ਕੈਪਟਨ ਅਮਰਿੰਦਰ ਨੂੰ ਪ੍ਰਧਾਨ ਨਹੀਂ ਸੀ ਬਣਾਇਆ ਗਿਆ, ਉਧਰੋਂ ਬੀਬੀ ਭੱਠਲ ਵੀ ਲਿਆਂਦੀ ਗਈ ਸਟੇਜ ਤੇ। ਤਾਂ ਫਿਰ ਉਹਨਾਂ ਦਾ ਜਿਹੜਾ ਉਸ ਵੇਲੇ ਹਾਲਾ ਹੋਏ ਸੀ ਕਿ ਕੈਪਟਨ ਸਾਹਿਬ ਨੂੰ ਜਦੋਂ ਬੋਲਣ ਨੂੰ ਗਿਆ ਤਾਂ ਉਹਨਾਂ ਨੇ ਕਿਹਾ ਵੀ ਮੈਂ ਮੇਲਾ ਲੁੱਟ ਲਾਂ, ਸਟੇਜ ਤੇ ਜਾਣ ਸਰ ਕਹਿੰਦੇ ਮੈਨੂੰ ਬਸ ਆਲਣ ਦਿਓ, ਸਾਨੂੰ ਪਾਵਰ 'ਚ ਅਸੀਂ ਕਾਲੀਆਂ ਨੂੰ ਮੂੰਹ ਦੇ ਪਾਪਾ ਕੁੱਟਾਂਗੇ। उस तो बाद बारी आ गई स्टेट के प्रधान की प्रताप सिंह बाजवे की, वो कहता कैप्टन साहब कदों तो ही आ खूंडे खांडे वाली गल्लां करते रहोगे, कोई आप चज की गल करिए, आप स्टेट की कोई डिवेलपमेंट की गल करिए। इन्हां दा जलूस उस स्टेज से निकल गया सी। इसे करके मैं कहा कि राहुल गांधी ट्रैक्टर तो लिया रहा है कि ਉਹਦੇ ਸੂਤ ਹੋ ਕੇ ਬੈਠ ਜਾਣਗੇ ਜਾਂ ਫਿਰ ਉੱਥੇ ਵਿਖਲਾਰੇ ਬਣਨਗੇ। ਬਿਲਕੁਲ ਆਉਣ ਵਾਲਾ ਸਮਾਂ ਦੱਸੇਗਾ ਕੀ ਹੁੰਦਾ ਸਿਆਸਤ ਦੇ ਵਿੱਚ, ਕਿਉਂਕਿ ਸਿਆਸਤ ਦੇ ਵਿੱਚ ਹਰ ਦਿਨ ਕੁਝ ਨਹੀਂ ਪਤਾ ਹੁੰਦਾ ਸਵੇਰ ਨੂੰ ਕੀ ਹੋਣਾ ਆ। ਨਵਾਂ ਸੂਰਜ ਕੀ ਕੁਝ ਲੈ ਕੇ ਆਵੇਗਾ, ਨਵੀਂ ਕਿਰਨ ਲੈ ਕੇ ਆਵੇਗਾ, ਆਸ ਦੀ ਕਿਰਨ ਲੈ ਕੇ ਜਾਵੇਗਾ, ਜਿਹੜੀਆਂ ਕਿਰਨਾਂ ਪਹਿਲਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਠੋਸ ਕਰ ਜਾਵੇਗਾ। ਸੋ ਕੁਝ ਨਹੀਂ ਪਤਾ ਹੁੰਦਾ। ਤੁਸੀਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਰਹਿੰਦੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਥੈਂਕ ਯੂ ਜੀ। बिल्कुल मिस्टर हरप्रीत सिंह तालीवाल जिहड़े कि हर हफ्ते सानू हर तरह की जानकारी दिंदे ने कि की कुछ हो रहा है सियासत दे विच। इस तरह ही तुहाडे तक अपडेट असीं पहुंचाउंदे रहांगे। तुसीं बने रहिया करो सांझा टीवी दे नाल ते मैनूं दिओ इजाजत। सत श्री अकाल।